ਗਟਰ ਤੱਕ ਲੋਕ ਯਾਰਾਂ ਦੋਸਤਾਂ ਨੂੰ ਕਹਿ ਰਹੇ ਆਹ ਭਾਜੀ ਮੇਰਾ ਗਰੀਬ ਖਾਣਾ ਬਿੱਲੀ ਲੰਘ ਕੇ ਜਾਣਦੀ ਆ ਉੱਥੇ ਬਹਿ ਕਹਿੰਦਾ ਮੈਨੂੰ ਅੱਗੇ ਲਾ ਦੀ ਕਾਵਾ ਥਾ ਕੀ ਆ ਹੋਟਲ ਮਜ਼ੂਮ ਆ ਮਜ਼ਲੂਮ ਮਜ਼ੂਮ ਆ ਗਈ ਕਹਿੰਦਾ ਮਜ਼ੂਮ ਲੁੱਡੋ ਚ ਰੋਟੀਆਂ ਲਿਆਂਦੀਆਂ ਨਹੀਂ ਤਾਂ ਆਪਾਂ ਨੂੰ ਦੇਖਣਾ ਦੇਖ ਕੇ ਨਾਲ ਦੇ ਡਾਕਟਰ ਕਹਿੰਦਾ ਸਿਵਲ ਲਵਾ ਯਾਰ ਜ਼ੇਹਨ ਹੀ ਬੰਦ ਹੋ ਗਿਆ ਨਹੀਂ ਝੰਡ ਲਾਉਣ ਆਇਆ ਇਹਨੂੰ ਦੇਖ ਕੇ ਉਹਨੇ ਕੈਂਚੀ ਸਾਈਡ ਤੇ ਰੱਖ ਦਿੱਤੀ ਤੇ ਕੈਂਚੀ ਚੱਪਲ ਚੁੱਕ ਲਈ ਮਛੇਰਿਆਂ ਦੀਆਂ ਤੋਤੀਆਂ ਧੋਣ ਵਾਲਿਆ ਮਛੇਰਿਆਂ ਕੀ ਹਾਲ ਠੀਕ ਹੋ ਨਾ ਯਾਰ ਨਾਜ਼ਰੀਨ ਪਤਾ ਕੀ ਗੱਲ ਥੱਕ ਗਏ ਆ ਇਹ ਰੋਜ਼ ਦੇ ਚਾਰ ਚਾਰ ਟੀ ਟਾਈਮ ਤਿੰਨ ਤਿੰਨ ਟੀ ਟਾਈਮ ਚਾਰ ਚਾਰ ਟੀ ਟਾਈਮ ਸੁੱਤੇ ਨਹੀਂ ਆ ਰਾਤੀ ਇਹਦੀਆਂ ਅੱਖਾਂ ਚੈੱਕ ਕਰੋ ਜ਼ਰਾ ਕਰੈਕਟਰ ਮੇਰੀ ਅੱਖ ਐਸੀ ਹੈ ਕਿਉਂਕਿ ਇਹਦੀਆਂ ਵੀ ਅੱਖਾਂ ਜਲਣ ਹੋ ਰਹੀਆਂ ਮੈਂ 48 ਘੰਟੇ ਹੋ ਗਏ ਮੈਂ ਇਹਨਾਂ ਨੂੰ ਸੌਣ ਨਹੀਂ ਦਿੱਤਾ ਅਤੇ ਆਪ ਵੀ ਕਤਰੇ ਪਾ ਰਹੇ ਆਪ ਵੀ ਮੈਂ ਕਤਰੇ ਪਾ ਰਿਹਾ ਅੱਖਾਂ 'ਚ ਉਹਦੀ ਵਜ੍ਹਾ ਇਹ ਆ ਕਿ ਅਸੀਂ ਨਾ ਨੱਥੀ ਹੋਣ ਲੱਗੇ ਹਾਂ ਮੈਂ ਨੱਥੀ ਹੋਣ ਲੱਗਾ ਵਾਂ ਅਤੇ ਮਤਲਬ ਫਿਰ ਅਸੀਂ ਆ ਚੇਂਜ ਕਰ ਲੈਣਾ ਨਾ ਜਗ੍ਹਾ ਕਿਉਂਕਿ ਇੱਥੇ ਬਹੁਤ ਕੰਮ ਖਰਾਬ ਹੋ ਗਿਆ ਪਹਿਲੀ ਬੜੀ ਵੱਜਦੀ ਬਹੁਤ ਸਰ ਜੀ ਇੱਥੇ ਬਿਲਕੁਲ ਚੌਂਕ ਟਾਈਪ ਹੀ ਹੈ ਨਜ਼ਾਰਾ ਅਤੇ ਲਿਆਦਾ ਉਹ ਤੁਸੀਂ ਤਾਂ ਵੇਖਦੇ ਰਹੋਗੇ ਸ਼ੋਅ ਹੋਰ ਵੀ ਅਸੀਂ ਐਡਵਾਂਸ ਕਰਾਤੇ ਲੇਕਿਨ ਸਾਨੂੰ ਹੁਣ 10-15 ਵਜੇ ਦਿਨ ਲੱਗ ਰਿਹਾ ਸੀ ਦੂਰ ਕਹੀਂ ਜਾਏਂਗੇ ਨਈ ਦੁਨੀਆ ਬਸਾਏਂਗੇ ਓਏ ਆ ਕੀ ਦੌਰ ਸੀ ਹਮਨੇ ਘਰ ਛੋੜਾ ਹੈ ਨੋ ਨਹੀਂ ਤੈਨੂੰ ਇੰਡੀਅਨ ਤੂੰ ਸਾਰੇ ਆਹ ਗਾਣੇ ਯਾਦ ਹੈ ਤੈਨੂੰ ਕੋਈ ਰਫੀ ਸਾਹਿਬ ਕਿਸ਼ੋਰ ਸਾਹਿਬ ਦਾ ਕੋਈ ਇੰਡੀਅਨ ਗਾਣਾ ਤੈਨੂੰ ਯਾਦ ਕੋਈ ਇੰਡੀਅਨ ਕੋਈ ਕਿਸੇ ਕਿਸਮ ਦਾ ਕੋਈ ਨੀਲੇ ਨੀਲੇ ਅੰਬਰ ਪੇ ਚਾਂਦ ਜਾ ਬਾਏ ਬਸ ਫਿਰ ਉਸੇ ਟਾਈਮ ਵਾਜੇ ਲਪੇਟ ਕੇ ਉੱਠ ਪੈਂਦੇ ਬਸ ਨਹੀਂ ਨਹੀਂ ਨੀਲੇ ਨੀਲੇ ਅੰਬਰ ਪੇ ਇਹਨਾਂ ਵੀ ਨੀ ਸੁਣਿਆ ਜਿਹੜੇ ਬੰਦੇ ਫਰਮਾਇਸ਼ ਕਰਦੇ ਨਾ ਉਹਨੂੰ ਮੈਂ ਗੁਜਵਾ ਦਿੰਦਾ ਭਾਈ ਤੁਸੀਂ ਆਪਣੀ ਕਾਪੀ ਜੇਬ ਚ ਪਾਓ ਜਿਹੜੀ ਤੁਸੀਂ ਲਟਾਉਣੀ ਆ ਤੁਸੀਂ ਰਹਿਣ ਦਿਓ ਮੈਂ ਉਹੀ ਸੁਣਾਉਣਾ ਜੋ ਮੈਨੂੰ ਮੈਨੂੰ ਆਉਂਦੇ ਤੁਸੀਂ ਕਹਿੰਦੇ ਸੀ ਰਫੀ ਸਾਹਿਬ ਦੇ ਦਿੰਦੇ ਤੇ ਪੂਰੇ ਪੂਰੇ ਚਲੰਤਰ ਗਾਣਿਆਂ ਤੇ ਨਾ ਧੋਰਵੇਂ ਹੋ ਜਾਂਦੇ ਆ ਰਫੀ ਸਾਹਿਬ ਦੇ ਗਾਣਿਆਂ ਦਾ ਸੈਡ ਸੀਗੇ ਨਹੀਂ ਨਹੀਂ ਯਾਰ ਉਸ ਦੌਰ ਦੇ ਗਾਣੇ ਜਿਹੜੇ ਨੀਲੇ ਨੀਲੇ ਅੰਬਰ ਕਿੱਡਾ ਅੱਛਾ ਗਾਣਾ ਕਦੀ ਪੁਰਾਣਾ ਹੋਣਾ ਹੀ ਨਹੀਂ ਗੁਲਾਬੀ ਆਖੇ ਹਾਂ ਬੜੇ ਬੜੇ ਅੱਛੇ ਗਾਣੇ ਨੇ ਤੂੰ ਹੀ ਵੋ ਹਸੀ ਐਸੀ ਤੇ ਕਦੀ ਨੀ ਫਰਮਾਇਸ਼ ਸੁਣਾ ਫਰਮਾਇਸ਼ ਹੀ ਨਹੀਂ ਆਈ ਤੇ ਮੈਂ ਕੀ ਯਾਦ ਕਰਨੇ ਤੂੰ ਫਿਰ ਜਾਣਦਾ ਵੀ ਉੱਥੇ ਹੀ ਆ ਫਰਮਾਇਸ਼ ਹੀ ਮੈਨੂੰ ਭਲਾ ਕਿਹੜੀ ਹੋਈ ਆ ਉਹ ਸੁਣਾ ਦੇ ਚਿੱਟਾ ਚੋਲਾ ਹਾਂ ਅਸਾਂ ਤੇ ਯਾਰਾਂ ਦੀ ਆ ਅਸਾਂ ਤੇ ਯਾਰਾਂ ਦੀ ਆ ਸਭ ਤੋਂ ਫੇਵਰਟ ਗਾਣਾ ਲੋਕਾਂ ਦਾ ਅਸਾਂ ਤੇ ਯਾਰਾਂ ਦੇ ਯਾਰ ਜਿਹੜਾ ਜਿਹਦੇ ਵਿੱਚ ਮੇਰੀ ਕੋਈ 15-16 ਹਜ਼ਾਰ ਦਾ ਲੱਗ ਜਾਂਦਾ ਕੌਮੀ ਗਾਣਾ ਹੋ ਗਿਆ ਜੀ ਕਹਿੰਦਾ ਮੇਰਾ 15-16 ਹਜ਼ਾਰ ਦਾ ਲੱਗ ਜਾਂਦਾ ਗਾਣਾ ਚਿੱਟਾ ਚੋਲਾ ਅੱਖਾਂ ਖੋਲ ਕੇ ਰੱਖ ਦਿਆਂਗਾ ਇਹਨਾਂ ਦੀਆਂ ਐਸਾ ਗਾਣਾ ਆਪ ਹੀ ਅੱਖਾਂ ਦੀ ਰਖਵਾਲੀ ਰੱਖ ਹੈ ਨਾ ਕਾਲੀ ਰੱਖ ਮੈਂ ਰਿਕਵੈਸਟ ਕਰਨੀ ਮੈਨੂੰ ਯਾਰ ਦਾਰੂ ਦੇ ਸਤਾਜੀ ਥੋੜਾ ਉਹਦੇ ਵਿੱਚ ਪਿਆਰ ਮਿਲਾ ਕੇ ਸਤਾਜੀ ਤੌੜੀਆਂ ਅੱਖਾਂ ਤੇ ਹੱਥ ਰੱਖ ਕੇ ਇੰਜ ਕਰਕੇ
ਫੂਕ ਮਾਰਨੀ ਅਗਰ ਰੱਖਾਂ ਤੁਹਾਡੀਆਂ ਓਕੇ ਹੋ ਜਾਣ ਫਿਰ ਉਹ ਠਹਿਰ ਜਾ ਤੂੰ ਐਡਾ ਕੱਲ ਮਾਈ ਨੂੰ ਦੰਦ ਵੱਲੋਂ ਲੈ ਕੇ ਆਇਆ ਐਡਾ ਤੂੰ ਭੰਬੀ ਫੋਰ ਵਾਲਾ ਆਹੋ ਫਰਮਾਇਸ਼ ਕੀ ਸੀ ਫਰਮਾਇਸ਼ ਉਸਤਾਦ ਜੀ ਨੂੰ ਪੁੱਛ ਕੇ ਇਜਾਜ਼ਤ ਲੈ ਕੇ ਹੀ ਸੁਣਾਓ ਫਿਰ ਉਸਤਾਦ ਜੀ ਅੱਜ ਸਾਜੀ ਉਹ ਜਿਹੜਾ ਗਾਣਾ ਹੈ ਕਹਿ ਦੂ ਤੁਮੇ ਯਾ ਚੁੱਪ ਰਹੂੰ ਇਹ ਕਿੰਨਾ ਦਾ ਹੈ ਕਿਸ਼ੋਰ ਸਾਹਿਬ ਦਾ ਕਿਸ਼ੋਰ ਸਾਹਿਬ ਲਤਾ ਜੀ ਦੇ ਕਿਸ਼ੋਰ ਹੈ ਬੜਾ ਮਜ਼ੇਦਾਰ ਕਹਿ ਦੂ ਤੁਮੇ ਯਾ ਚੁੱਪ ਰਹੂੰ ਦਿਲ ਮੇ ਮੇਰੇ ਆਜ ਕਿਆ ਹੈ ਜੋ ਬੋਲੋ ਤੋ ਜਾਨੂ ਗੁਰੂ ਤੁਮਕੋ ਮਾਨੂ ਚਲੋ ਯੇ ਵੀ ਵਾਦਾ ਹੈ ਫਿਰ ਕਿਸ਼ੋਰ ਤੇ ਲਤਾ ਜੀ ਦਾ ਗਾਣਾ ਜਾਨੇ ਕੈਸੇ ਕਬ ਕਹਾਂ ਇਕਰਾਰ ਹੋ ਗਿਆ ਫਿਰ ਛੋੜੋ ਸਨਾ ਕਾਹੇ ਕਗਾਂ ਹੱਸਤੇ ਰਹੋ ਮਿਲਤੇ ਰਹੋ ਮਿਟ ਜਾਏਗਾ ਸਾਰਾ ਕਿਲਾ ਯੇ ਕਿਸ਼ੋਰ ਸਾਹਿਬ ਔਰ ਲਤਾ ਜੀ ਸਾਜੀ ਇਹ ਗਾਣੇ ਤਿੰਨ ਤਿੰਨ ਚਾਰ ਚਾਰ ਵਾਰੀ ਹਾਂ ਯਾਰ ਸਦਾ ਬਹਾਰ ਗਾਣੇ ਨੇ ਇਹਨਾਂ ਚ ਪੁਰਾਣੇ ਵਾਲੀ ਫੀਲ ਨਹੀਂ ਹੁੰਦੀ ਆਰ ਡੀ ਬਰਮਨ ਸਾਹਿਬ ਨੇ ਜਿਹੜਾ ਕੰਮ ਕੀਤਾ ਨਾ ਉਹਨਾਂ ਨੇ ਦੌਰ ਚੇਂਜ ਕਰਤਾ ਸੀ ਗਾਣਿਆਂ ਦਾ ਆਰ ਡੀ ਬਰਮਨ ਸਾਹਿਬ ਨੇ ਚੇਂਜ ਕਰਤਾ ਸੀ ਸਟਾਈਲ ਮੌਸਮ ਵੀ ਪਿਆਰਾ ਲਗਾ ਕਾਲੋ ਮੈਂ ਚੁਮਕਾ ਤੇਰੇ ਹਮਕੋ ਸਤਾਰਾ ਲਗਾ ਦੇਖਾ ਜੋ ਚੇਹਰਾ ਤੇਰਾ ਮੌਸਮ ਵੀ ਪਿਆਰਾ ਲਗਾ ਕਾਨੋ ਮੈਂ ਚੁਮਕਾ ਤੇਰੇ ਹਮਕੋ ਸਤਾਰਾ ਲਗਾ ਦੇਖਾ ਜੋ ਚੇਹਰਾ ਬੜਾ ਦਰਦ ਹੈ ਇਹਦੀ ਆਵਾਜ਼ ਚ ਭਾਵੇਂ ਰੋਣ ਲੱਗ ਪਿਆ ਉਹ ਵੀ ਮਿੱਠਾ ਜੀ ਕਿਹਾ ਮੈਂ ਹੀ ਗੱਲ ਦੱਸ ਮਾਫੀ ਦੇ ਦੇ ਇਹ ਲਾਈਨ ਦਾ ਮੈਂ ਫੈਨ ਹਾਂ ਇਹ ਮੇਰਾ ਟੈਗਿੰਗ ਸੌਂਗ ਹੈਗਾ ਵਾ ਪਲੀਜ਼ ਪਲੀਜ਼ ਇਹਦੇ ਚ ਘਰ ਕਰਕੇ ਸੁਣਾਇਆ ਕਰ ਮਿੱਠੇ ਸਾਰੇ ਦੀਵਾਨੋ ਸਾ ਹਾਲ ਹੁਆ ਹਮਕੋ ਉਨਸੇ ਪਿਆਰ ਹੋਇਆ ਅਪਨਾ ਹੈ ਇੱਕ ਸਪਨਾ ਮੈਂ ਹੀ ਗਾਊਂਗਾ ਤੁਮ ਨਹੀਂ ਗਾਓਗੀ ਤੇਰੇ ਲਾਗੇ ਚ ਵੀ ਉਰਦੂ ਬੋਲੀ ਬੇਟਾ ਜੀ ਮੈਨੂੰ ਫਰਮਾਇਸ਼ ਨਾ ਕਰੀ ਉਸਤਾਦੀ ਉੱਠ ਕੇ ਬੈਠੋ ਤੇਰਾ ਸ਼ੋਅ ਨੂੰ ਬੂਸਟ ਅਪ ਕਰੋ ਨਾ ਚਲ ਮੈਂ ਸੁਣਾਵਾਂ ਦਿਲ ਮੇਰੇ ਤੂੰ ਜ਼ਨਾਨਾ ਹੈ ਇਹੀ ਕਹਿਣਾ ਚਾਹੁੰਦਾ ਨਾ ਆਪਣੇ ਮਾਂ ਪਿਓ ਨਾਲ ਪਿਆਰ ਕਰਦਾ ਤੁਹਾਡੇ ਨਾਲ ਫਰਕਾਰ ਸਿੰਘਾਂ ਤੇ ਦੌਲਤ ਦਾ ਇਨਸਾਨ ਜਿੰਦਾ ਦੁਨੀਆਂ ਤੇ ਉਹੀ ਕਾਮਯਾਬ ਯਾਰ ਜਿਹਦੇ ਸਿਰ ਤੇ ਮਾਂ ਜਿੰਦਾ ਤੇ ਇੱਕ ਵਾਰੀ ਉਸਤਾਦ ਜਿਨ੍ਹਾਂ ਦੀ ਤਾੜੀ ਲਾ ਦਿਓ ਤਾਰਾ ਬਿਸਮਿਲ੍ਲਾ ਪੜ੍ਹ ਕੇ ਜਬ ਕਲਮ ਕੋ ਉਠਾ ਲਿਆ ਮੇਰਾ ਜੀ ਤੁਸੀਂ ਨਾ ਇੱਕ ਮਜ਼ਾ ਕਰਨਾ ਹੈ ਵੀ ਇੱਕ ਖੇਡਦੇ ਖੇਡਦੇ ਤੂੰ ਬੱਸ 'ਚ ਚੜਿਆ ਵਾ
ਤੇ ਕੋਈ ਚੀਜ਼ ਵੇਚਣੀ। ਚਲੋ ਜੀ ਕੀ ਵੇਚਣਾ ਪਹਿਲੇ ਦੱਸ, ਪ੍ਰੋਡਕਟ ਦੱਸ ਮੇਰੇ ਕੋਲ ਹੈ ਕੀ, ਜੋ ਵੇਚਿਆ ਵੇਚ ਦੇ। ਨਹੀਂ ਨਹੀਂ ਨਹੀਂ, ਕੋਈ ਫੱਕੀ ਵੇਚਣੀ, ਕੋਈ ਦਵਾਈ ਵੇਚਣੀ, ਕੁਲਫੀ ਵੇਚਣੀ, ਗੋਲੀ ਵੇਚਦਾ ਜੀ, ਗੋਲੀ ਕਾਹਦੀ, ਗੋਲੀ ਦਰਦਾਂ ਦੁਰਦਾਂ ਦੀ, ਦਰਦਾਂ ਦੀ ਗੋਲੀ। ਚਲੋ ਜੀ, ਚਲੋ ਜੀ ਬਸ ਫਿਰ ਅਸੀਂ ਸਾਰੇ ਮੁਸਾਫਰ ਹਾਂ ਕਿ ਲਓ ਜੀ ਮੇਰੇ ਵੀਰ ਜੀ, ਬਿਸਮਿਲ੍ਲਾ ਪੜ੍ਹ ਕਰ ਕਲਮ ਕੋ ਉਠਾ ਲਿਆ, ਲਿਖਾ ਜਬ ਨਾਮ ਮੁਹੰਮਦ ਤੋਂ ਫਰਿਸ਼ਤੋਂ ਮੈਂ ਸਰ ਕੋ ਚੁਕਾ ਲਈਏ ਕਿ ਨਾ ਹੈ ਮੇਰਾ ਮਨਜ਼ੂਰ ਗੋਲੀ ਵਾਲਾ, ਕਿ ਸਾਰੀ ਉਮਰ ਮੈਂ ਗੁੰਨਿਆ ਆਟਾ ਤੇ ਲੱਖਾਂ ਕੀਤੇ ਪੇੜੇ, ਗਈ ਜਵਾਨੀ ਆਇਆ ਬੁਢਾਪਾ ਕੋਈ ਨੀ ਲੱਗਦਾ ਨੇੜੇ, ਲੱਕ ਦੇ ਵਿੱਚੋਂ ਪੀੜ ਉੱਠੀ ਤੇ ਲੋਕੀ ਆਖਣ ਚੁੱਕ, ਅਸਲ ਗੱਲ ਮੁਹੰਮਦ ਬਖਸ਼ਾ ਅੰਦਰੋਂ ਗਈ ਹੈ ਮੁੱਖ। ਲਓ ਜੀ ਮੇਰੇ ਬੀਬੀ ਤੀਓ ਭੈਣ ਭਰਾਵੋ ਸਾਰੇ ਦੋਸਤ, ਕੋਈ ਵੀ ਆਵਾਜ਼ ਨਾ ਦੇਵੇ, ਖਾਮੋਸ਼ ਬੈਠੇ ਰਿਹਾ, ਤੁਹਾਡੇ ਕੋਲ ਤੁਹਾਡਾ ਵੀਰ ਆ ਪਾਏਗਾ ਕਿ ਨਾ ਮੇਰਾ ਮਨਜ਼ੂਰ ਗੋਲੀ ਵਾਲਾ, ਕਿ ਗੋਲੀ ਮੂੰਹ ਦੇ ਵਿੱਚ ਤੇ ਖੰਘ ਖੂਹ ਦੇ ਵਿੱਚ। ਇੱਕ ਪੈਕਟ 5 ਰੁਪਏ ਦਾ ਤੇ 3 ਪੈਕਟ ਜਿਹੜੇ 13 ਰੁਪਏ ਦੇ। ਜਿਸ ਜਿਸ ਬੰਦੇ ਨੇ ਪੈਕਟ ਲੈਣਾ ਭਾਈ ਕੰਪਨੀ ਦੀ ਮਸ਼ਹੂਰੀ ਵਾਸਤੇ ਮੈਂ ਨਾਲ ਸੁਰਮਾ ਵੀ ਬਣਾ ਕੇ ਲਏ, ਗੋਲੀ ਦੇ ਵਿੱਚ ਚਾਰੇ ਅਰਕੇ ਗੁਲਾਬ ਅਰਕੇ ਮਾਤਾ ਵਰਕੇ ਸੌਂਹ ਵਰਕੇ ਜੁਆਣ ਪਏ, ਖੋਤੇ ਤੇ ਖੁਰਕ ਪੀਸ ਕੇ ਤੇ ਟੈਟੂ ਦਾ ਪੂਛ ਪੂਛ ਪੀਸ ਕੇ ਇਹ ਸਾਰਾ ਕੁਛ ਮਾਲਕ ਦਾਮ ਵਿੱਚ ਪਾਇਆ ਗਿਆ। ਤੁਹਾਨੂੰ ਫਿਰ ਇੱਕ ਵਾਰ ਦੱਸ ਰਿਹਾ ਕਿ ਯਾਰ ਜਿਹੜਾ ਬੰਦਾ ਕਹਿੰਦਾ ਕਿ ਯਾਰ ਮੇਰੀ ਖੁਆਇਸ਼ ਪੂਰੀ ਨਹੀਂ ਹੁੰਦੀ, ਸਾਡੇ ਘਰ ਦੇ ਵਿੱਚ ਔਲਾਦ ਨਹੀਂ ਹੁੰਦੀ ਪਿਓ ਲਾਦੀ, ਨਾ ਚਾਕੀ, ਹਰ ਤਰ੍ਹਾਂ ਦਾ ਕਾਰੋਬਾਰ ਨਹੀਂ ਚੱਲਦਾ, ਤੇ ਉਸ ਵੀਰ ਵਾਸਤੇ ਮੈਂ ਗੋਲੀ ਲੈ ਕੇ, ਤੁਸੀਂ ਕਿਸੇ ਨੇ ਉੱਠ ਕੇ ਨਹੀਂ ਆਉਣਾ, ਤੁਹਾਡੇ ਕੋਲ ਤੁਹਾਡਾ ਆਦਮੀ ਲੈ ਕੇ ਚਾਪਰਾ ਲੱਗੇ ਵੀ ਦੋਸਤ ਆ ਤੇਰੀ ਮੇਰੇ ਬਜਾ ਆਪਣੇ ਲੱਗੇ ਐ ਗੋਲੀ ਦੀ ਕੀਮਤ ਹੈ 5 ਰੁਪਏ 5 ਰੁਪਏ 5 ਰੁਪਏ। ਭੁੱਲ ਬਹੁਤ ਗਿਆ ਹੈ ਵਾਜਵਾ ਬੇਟਾ ਕਾਲੂ ਸਾਹਿਬ, ਬਹੁਤ ਸਾਰਾ ਪਿਆਰ ਤੇ ਮੈਂ ਇਸ ਏਰੀਏ ਤੇ ਬਹੁਤ ਪੁਰਾਣਾ ਹੈਗਾ, ਪਹਿਲੇ ਮੇਰਾ ਅੱਬਾ ਤੇ ਫਿਰ ਮੈਂ, ਤੇ ਪੰਜਾਬੀ ਚ ਗੱਲ ਕਰਾਂਗਾ। ਵੱਡਿਆਂ ਨੂੰ ਸਲਾਮ, ਬੀਬੀਆਂ ਨੂੰ ਸਲਾਮ, ਬੱਚਿਆਂ ਨੂੰ ਸਲਾਮ ਤੇ ਸਾਰਿਆਂ ਨੂੰ ਸਲਾਮ। ਇਹ ਗੱਡੀ ਜਿੱਥੇ ਜਾ ਰਹੀ ਹੈ ਅੱਲਾ ਪਾਕ ਆਪਣੇ ਮੰਜ਼ਿਲ ਮਕਸੂਦ ਤੇ ਪਹੁੰਚਾਏ। ਇਹ ਸਿਆਣੇ ਆਖਦੇ ਨੇ ਤਵਾ ਮੋਟਾ ਹੋਵੇ ਰੋਟੀ ਸੜਦੀ ਨਹੀਂ, ਨੋਹ ਚੰਗੀ ਹੋਵੇ ਸੱਸ ਲੜਦੀ ਨਹੀਂ, ਇਹ ਮੇਰੀ ਗੋਲੀ ਹੋਵੇ ਦੰਦਾਂ ਥੱਲੇ ਅੜਦੀ ਨਹੀਂ। ਇਹ ਮੇਰੀ ਗੋਲੀ ਖਾ ਕੇ ਇਹ ਤੁਹਾਡੇ ਢਿੱਡ ਚ ਜਿਹੜੇ ਵੱਟ ਫੁੱਟਦੇ ਨੇ, ਹੈ ਇਹ ਵੱਟਾਂ ਦਾ ਤੁਸੀਂ ਪ੍ਰੈਸ਼ਰ ਨਹੀਂ ਲੈਣਾ, ਮੇਰੀ ਗੋਲੀ ਖਾ ਕੇ ਤੁਸੀਂ ਲੱਕੜ ਖਾਓ, ਤੁਸੀਂ ਜੋ ਮਰਜ਼ੀ ਖਾਓ, ਇਹ ਤੁਹਾਨੂੰ ਫਿੱਟ ਕਰੇਗੀ ਔਰ ਤੁਸੀਂ ਹਜ਼ਮ ਕਰੋਗੇ। ਸੁਬਹ ਸੁਬਹ ਤੁਸੀਂ ਇੰਜ ਜਾਓਗੇ, ਹੈ ਇੱਧਰ ਬਾਹਰ ਕਮਾਦਾਂ ਦੇ ਵਿੱਚ, ਸੁਬਹ ਸੁਬਹ ਤੁਸੀਂ ਇੰਜ ਜਾਓਗੇ ਜਿੱਦਾਂ ਤੁਸੀਂ ਤੁਸੀਂ ਜੇ ਉੱਥੇ ਹਲਕੇ ਹੋਵੋਗੇ, ਜਿੱਦਾਂ ਬਿੱਲੀ ਕੰਧ ਛਾਲ ਮਾਰਦੀ ਹੈ, ਇੱਦਾਂ ਦੀ ਆਵਾਜ਼ ਆਏਗੀ ਫੜਕ ਕਰਕੇ, ਤੇਰਾ ਮੂੰਹ ਦੇ ਲਓ, ਮੂੰਹ ਤੇ ਆਈ ਰਹਿ, ਕਹਿੰਦਾ ਮੈਨੂੰ ਕਲੇਸ਼ ਕਹੋ, ਔਰ ਲੱਖ ਲਾਨਾ ਤੋਂ ਤੇਰੇ ਤੇ, ਤੈਨੂੰ ਕਲੇਸ਼ ਕਾ ਤੋਂ ਕਹੀ ਹੈ ਤੇ ਕੰਧ ਮੈਨੂੰ। ਅੱਛਾ ਹੈ ਉਸਤਾਦ ਜੀ, ਤੁਸੀਂ ਟਰੈਕ ਤੇ ਲਾਉਂਦੇ, ਉਹ ਇਸ ਟਾਈਮ ਨਾ 5-7 ਗੱਲਾਂ ਬਣਾਈ ਬੈਠਾ ਉਹਦੇ ਸਿਰ ਤੇ, ਸਿਰ ਹੋਣ ਨੂੰ ਉਹਨੇ ਗੱਲ ਵੀ ਕਰਤੀ ਆ। ਮੈਂ ਜਿੱਦਾਂ ਦਾ ਮੇਰਾ ਇਗਜ਼ਾਮ ਆ, ਹਜੇ ਮੈਂ ਸਿੱਖ ਰਿਹਾ ਵਾਂ, ਬੱਸਾਂ ਹੀ ਕਦੇ ਚੜਿਆ ਨੇ ਨਾ ਆਇਆ, ਮੈਂ ਦਰਅਸਲ ਬੱਸਾਂ ਵਾਲੇ ਤੋਂ ਥੋੜਾ ਵੇਹ ਤੇ ਲੈਂਦਾ ਨਹੀਂ ਹੈਗਾ ਸਾਹ ਜੀ। ਗੱਡੀ ਵਾਲਿਆਂ ਨੂੰ, ਬਸ਼ੀਰ ਕੁਮਾਰ ਗੋਲੀ ਵਾਲਿਆਂ ਨੂੰ, ਅਸਲਾਮ ਵਾਲੇਕੁਮ। ਮੇਰੀ ਦੁਆ ਹੈ ਤਮਾਮ ਸਵਾਰੀਆਂ ਨੂੰ ਇਹ ਬੱਸ ਮੰਜ਼ਲੇ ਮਕਸੂਦ ਤੇ ਪਹੁੰਚਾਏ। 14 ਸਾਲ ਹੋ ਗਏ ਨੇ ਇਹਨਾਂ ਬੱਸਾਂ ਲਾਰੀਆਂ ਚ ਖੰਘ ਦੀ ਗੋਲੀ ਵੇਚਦੇ ਆ। ਬਸ਼ੀਰ ਕੁਮਾਰ ਗੋਲੀ ਵਾਲਾ, ਆ ਭਾਜੀ ਮੇਰਾ ਤੇਰਾ ਬੈਗ, ਉਹ ਬੈਗ ਵੀ ਫੜਾ। ਇਹ ਗੋਲੀ ਬਣਾਈ ਹੈ ਜ਼ਰਦ ਰੰਗ ਦੀ ਗੋਲੀ, ਤੁਹਾਨੂੰ ਨਜ਼ਰ ਆ ਰਹੀ ਹੋਏਗੀ, ਇੱਕ ਆਮ ਜੀ ਗੋਲੀ ਹੈ, ਲੇਕਿਨ ਇਹ ਸਿਰ ਤੋਂ ਲੱਗ ਕੇ ਪੈਰਾਂ ਤੱਕ ਤੁਹਾਡੇ ਜਿਸਮ ਦੀ ਗਰਮੀ ਦੂਰ ਕਰ ਦੇਗੀ, ਖਾਂਸੀ ਨੂੰ ਬਣਾਉਣ ਵਾਲੇ ਜਰਾਸੀਮ ਨੂੰ ਥਾਂ ਮਾਰ ਦੇਗੀ। ਨਾਲ ਮੇਰੇ ਕੋਲ ਮਮੀਰੇ ਦਾ ਬਣਿਆ ਸੁਰਮਾ ਹੈ, ਇਹ ਦਵਾਖਾਨੇ ਤੋਂ ਸੁਰਮਾ ਲਓਗੇ ਤੇ 90 ਰੁਪਏ ਦੀ ਸ਼ੀਸ਼ੀ ਹੈ। ਕਿੰਨੇ ਦੀ ਸ਼ੀਸ਼ੀ ਹੈ? 90 ਰੁਪਏ। ਤੇ ਬੱਸ ਦੇ ਵਿੱਚ ਸਿਰਫ ਕੰਪਨੀ ਦੀ ਮਸ਼ਹੂਰੀ ਦੇ ਵਾਸਤੇ 60 ਰੁਪਏ ਦੀ ਭਾਜੀ, ਬਾਜੀ 60 ਰੁਪਏ ਦੀ, ਬਾਜੀ 60 ਰੁਪਏ ਦੀ ਸਿਰਫ।
ਬਿਸਮਿਲ੍ਲਾ ਵੀ ਪੜ ਕੇ ਜਿਹੜਾ ਰੋਜ਼ੀ ਕਮਾਉਣ ਲਈ ਆਂਦਾ ਅਸਲਮ ਦਰਦੀ ਰੱਜ ਕੇ ਖਾਂਦਾ ਮੌਲਾ ਕਰਮ ਕਮਾਉਂਦਾ। ਇਹ ਕੰਪਨੀ ਦੀ ਮਸ਼ਹੂਰੀ ਵਾਸਤੇ ਤੁਹਾਡੇ ਪੇਸ਼ ਖਿਦਮਤ ਕਰ ਰਿਹਾ ਵਾ ਅੱਜ ਦੇ ਕੁਛ ਤੋਹਫੇ। ਇਹ ਤੋਹਫੇ 15 ਸਾਲ ਤੋਂ ਮੇਰੇ ਬਜ਼ੁਰਗ ਇਹਨਾਂ ਬੱਸਾਂ ਲਾਰੀਆਂ ਦੇ ਵਿੱਚ ਵੇਚਦੇ, ਅੱਜ ਤੱਕ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ। ਇੱਕ ਮਿੰਟ ਭਾਈ ਜਾਨ ਆ ਰਹੇ ਮਜੂਨ ਤਿਆਰ ਕੀਤੀ। ਇਹ ਤੁਹਾਨੂੰ ਪਤਾ ਹੈ ਤਮਾਮ ਬਿਮਾਰੀਆਂ ਦੀ ਮਾਂ ਹੈ ਕਬਜ਼। ਇਹ ਤਮਾਮ ਬਿਮਾਰੀਆਂ ਦੀ ਮਾਂ ਹੈ ਕਬਜ਼, ਜਿਹੜੀ ਕਿ ਮਿੱਤਰ ਸਿੰਘੀ ਨੂੰ ਕਿਸੇ ਜੋਗਾ ਨਹੀਂ ਛੱਡਦੀ, ਯਾਨੀ ਕਿ ਇਨਸਾਨ ਦੀ ਬੋਡੀ ਦੇ ਪਾਰਟ। ਕੀ ਬਾਤ, ਠੀਕ ਹੈ ਜੀ। ਇਹ ਮੇਰੇ ਵੀਰ, ਮੇਰੇ ਦੋਸਤ, ਮੇਰੇ ਭਾਈ, ਮੇਰੀ ਬਾਜੀ ਉਹ ਭੈਣੋ, ਆਹ ਫੱਕੀ ਲੈ ਕੇ ਆਇਆ ਤੁਹਾਡੇ ਵਾਸਤੇ। ਇਹ ਜਿਹੜੇ ਕਿ ਪੇਟ ਦੀ ਬਿਮਾਰੀ ਔਰ ਕਬਜ਼ ਖੱਟੇ ਮਿੱਠੇ ਡਿਕਾਰ ਆਣਾ, ਇਹ ਖੱਟੇ ਮਿੱਠੇ ਡਿਕਾਰਾਂ ਵਾਸਤੇ ਕਬਜ਼, ਔਰ ਨਾਲ ਮੇਰੇ ਬਜ਼ੁਰਗ ਸ਼ਾਹ ਆਲਮਦੀਨ ਦੀ ਮੰਜਲ, ਕਿਉਂਕਿ ਤੁਸੀਂ ਸਫ਼ਰ ਕਰ ਰਹੇ ਹੋ। ਅਗਰ ਤੈਨੂੰ ਨਾਲ ਦੀ ਸਵਾਰੀ ਕਹਵੇ, ਇਹ ਮੇਰੇ ਭਾਈ, ਇਹ ਮੇਰੇ ਦੋਸਤ, ਇਹ ਮੇਰੇ ਵੀਰ, ਆਪਣਾ ਮੂੰਹ ਜ਼ਰਾ ਪਰੇ ਨੂੰ ਕਰ ਲੈ, ਇਹ ਤੇਰੇ ਮੂੰਹ ਦੇ ਵਿੱਚੋਂ ਬਦਬੂ ਆ ਰਹੀ ਹੈ, ਤੇ ਕਿੱਡੀ ਮਾੜੀ ਗੱਲ ਹੈ। ਇਹ ਦੋਸਤਾਂ ਦੀ ਖਿਦਮਤ ਵਾਸਤੇ, ਕੰਪਨੀ ਦੀ ਮਸ਼ਹੂਰੀ ਵਾਸਤੇ 50 ਰੁਪਏ 50 ਰੁਪਏ ਤੇ ਲਓ ਮੇਰਾ ਭਾਈ ਜਾਨ 50 ਰੁਪਏ। ਦੁਨੀਆ ਸਾਰੀ ਵੈਰੀ ਹੋਈ ਆਪਣੇ ਹੋਣ ਪਰਾਏ, ਅਸਲਮ ਦਰਦੀ ਉਹ ਨਹੀਂ ਮਰਦਾ ਜਿਹਨੂੰ ਰੱਬ ਰਸੂਲ ਬਚਾਏ। ਮੈਂ ਅਕਸਰ ਇਹਨਾਂ ਗੜੀਆਂ ਜੀ ਸਫ਼ਰ ਕਰਦਾ ਰਹਿਣਾ। ਤੁਸੀਂ ਜਾ ਰਹੇ ਹੋ ਗੋਜਰੇ ਤੋਂ ਟੋਬੇ, ਜੇ ਕੋਈ ਸਵਾਰੀ ਪੁੱਲਦੀ ਹੈ ਤੇ ਮੇਰੇ ਕੋਲ ਪੁੱਛ। ਟੋਬੇ ਤੋਂ ਅੱਗੇ ਸਾਡਾ ਦੁਆਖਾਨਾ ਚੈਨਮ ਦਹਾੜੀ, ਅਗਰ ਤੁਸੀਂ ਉਹਦੇ ਤੋਂ ਲਓਗੇ ਡੱਬੀ, ਡੱਬੀ ਦੀ ਖਾਸੀਅਤ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਦੱਸਾਂਗਾ। ਅਗਰ ਤੁਸੀਂ ਇਹ ਡੱਬੀ ਉੱਥੋਂ ਲਓਗੇ ਤੇ 100 ਰੁਪਏ ਦੀ ਡੱਬੀ ਹੈ। ਕਿੰਨੇ ਦੀ? 100 ਰੁਪਏ ਦੀ। 100 ਰੁਪਏ ਦੀ ਡੱਬੀ ਹੈ। ਅਗਰ ਤੁਹਾਡਾ ਵੀਰਾ ਦਾਦਾ ਇਹ ਆਜਿਸ ਬੰਦਾ ਤੁਹਾਨੂੰ ਇਹ ਡੱਬੀ ਗਿਫਟ ਕਰੇਗਾ 50 ਰੁਪਏ ਦੀ। ਹੁਣ ਡੱਬੀ ਦੀ ਫਜ਼ੀਲਤ ਸੁਣ ਲਓ ਭਾਈ ਜਾਨ, ਥੋੜਾ ਜਿਹਾ ਇੱਧਰ ਹੋ ਜਾਓ, ਵਿੱਚ ਨਾ ਕਰੋ। ਹੁਣ ਡੱਬੀ ਦੀ ਫਜ਼ੀਲਤ ਸੁਣ ਲਓ। ਇਹ ਡੱਬੀ ਨੂੰ ਮੈਂ ਖੋਲਿਆ, ਵਿੱਚੋਂ 2 ਗੋਲੀਆਂ ਕੱਢੀਆਂ, ਇਹ ਹੱਥ 'ਚ ਰੱਖੀਆਂ ਤੇ ਬਾਰੀ ਖੋਲ੍ਹ ਕੇ ਬਸ ਜੀ ਨੂੰ ਬਾਹਰ ਛੱਡੋ। ਇਹ ਗੋਲੀ ਫੇਲ ਹੈ, ਤੁਸੀਂ ਖਾਂਦੇ ਹੋ ਇਸ ਤਰ੍ਹਾਂ ਦੀਆਂ ਗੋਲੀਆਂ, ਮੈਂ ਤੁਹਾਨੂੰ ਦੇਵਾਂਗਾ ਦੂਸਰੇ। ਬੈਗ ਥੋੜਾ ਜਿਹਾ ਲੈ ਲਓ, ਬੈਗ ਉੱਤੋਂ ਇੱਥੇ ਆ ਗਿਆ, ਉਹ ਵੀ ਕੋ ਕਿਦਾਂ ਲੋ ਭਾਜੀ ਉੱਤੋਂ ਟੁਰਿਆ, ਬੈਗ ਵੀ ਫੜਿਆ ਹੋਇਆ ਸੀ ਨਾ, ਸਵਾਰੀ ਨੂੰ ਫੜਾਇਆ ਸੀ ਸਭ ਤੋਂ ਆ ਕੇ ਪਹਿਲੇ ਮਾਈਕ ਟਾਈ ਜੀ ਆਲੋ ਭਾਜੀ ਆਲੋ। ਹਾਂ, ਇਹ ਡੱਬੀ ਦੇਖ ਰਹੇ ਹੋ ਤੁਸੀਂ ਨਾਜ਼ਰੀਨ, ਇਸ ਡੱਬੀ ਦੇ ਵਿੱਚ 9 ਗੋਲੀਆਂ ਨੇ, ਠੀਕ ਹੈ, 10ਵੀਂ ਪਾਈ ਨਹੀਂ ਗਈ, ਕਿਉਂਕਿ 9 ਦਿਨਾਂ ਦੇ ਵਿੱਚ ਇਲਾਜ ਹੋ ਜਾਏਗਾ। ਓਹੋ, ਰੋਜ਼ ਦੀ ਇੱਕ ਖਾਣੀ, ਰੋਜ਼ ਦੀ ਇੱਕ ਗੋਲੀ ਖਾਣੀ ਹੈ। ਤੁਹਾਡੇ ਸਿਰ 'ਚ ਦਰਦ ਹੈ, ਤੁਹਾਡੇ ਗਿੱਟੇ 'ਚ ਦਰਦ ਹੈ,
ਤੁਹਾਡਾ ਮੋਢਾ ਦੁਖਦਾ ਹੈ, ਤੁਹਾਡੇ ਫਿਫੜੇ 'ਚ ਦਰਦ ਹੈ, ਤੁਹਾਡਾ ਜਿਗਰ ਮੈਦਾ ਯੋ, ਤੁਹਾਡੇ ਜੋ ਵੀ ਮਸਲੇ ਮਸਾਲੇ, ਇਹਦਾ ਇਲਾਜ ਤੁਸੀਂ ਆਪ ਕਰਾਉਣਾ ਹੈ। ਇਹ ਸਿਰਫ ਅੱਖ ਦਾ ਨੂਰ ਵਧਾਉਣ ਵਾਸਤੇ ਲੱਗੀ ਹੈ। ਮੰਜਨ ਸੀ ਮੇਰੇ ਜ਼ਿਹਨ ਚ, ਪਰ ਉਹਨੇ ਵੀ ਮੰਜਨ ਡਰ ਲਿਆ। ਕੁਲਫੀ ਪਸੰਦ ਨਾ ਆਵੇ, ਖਿੜਕੀਓ ਬਾਹਰ ਪੈਸੇ ਵਾਪਸ ਨਹੀਂ। ਕਈ ਵਿੱਚ ਚੜਦੇ ਆ ਥੋੜੇ ਛਾਪ ਲੈ ਕੇ, ਕੋਈ ਗੱਲ ਨੀ, ਬੁਖਾਰਾ 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 ਬਾਈ, ਬੁਖਾਰਾ 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 ਮੱਛਾਂ ਦੇ ਵਿੱਚ ਆਲੂ ਕਹਿਣੇ, ਇਹ ਬੁਖਾਰਾ 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 ਬਾਈ, ਆਲੂ ਨੀ ਕਹਿੰਦਾ ਬੁਖਾਰਾ, ਟਿੱਕ ਨਾ ਟਿੱਕ ਨਾ ਟਿੱਕ, 30 ਰੁਪਏ ਚਾਰ ਦਾਣੇ ਪਏ ਹੁੰਦੇ ਤੇ ਵਿੱਚ ਇੰਨੀ ਬਰਫ਼ ਪਾਈ ਜਾਂਦੀ ਪਾਣੀ ਵਾਲਾ ਚੜਦਾ ਗਰਮ 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 ਗਡੇਰੀਆਂ ਵੀ ਇਦਾਂ ਹੁੰਦੀਆਂ ਵਿੱਚ ਬਰਫ਼ ਪਾ ਕੇ ਵਿੱਚ ਕਿੰਨਾ ਕੁਝ ਕਰਕੇ ਪੈਕਟ ਟੈਪ ਬਣਾਇਆ ਹੁੰਦਾ। ਜਿਦਾਂ ਟ੍ਰੇਨ ਚ ਆਪਾਂ ਜਦੋਂ ਕਰਾਚੀ ਗਏ ਸੀ ਤੇ ਰਾਤ ਨੂੰ ਨਾ 8 ਵਜੇ ਤੋਂ ਬਾਅਦ ਆਵਾਜ਼ਾਂ ਆਉਂਦੀਆਂ, ਤਕੀਏ ਬਿਸਤਰੇ ਬਿਸਤਰੇ। ਇਹਨਾਂ ਦਾ ਲਿਬਾਸ ਬੜਾ ਅੱਛਾ ਹੁੰਦਾ, ਛੋਟੀ ਤਸਵੀਰ ਘੱਟਦਾਣ ਵਾਲੇ, ਉਹ ਜਿੱਥੇ ਅੜਾਈ ਹੁੰਦੀ ਇੰਨੀ ਕਰਕੇ ਇੰਜ ਚੜਦੇ, ਫਰੰਟ ਵਾਲੀ ਸਵਾਲ ਵੀ ਇੰਨੀ ਕਰਕੇ ਬੈਗ ਪੜਾਉਣਾ ਫੇਰ ਸ਼ੁਰੂ ਕਰਨਾ, ਤੋ ਛੋੜਾ ਮੈਂ ਕਰਨ ਦੇ ਬੈਗ ਦੇ ਵਿੱਚ ਰਿਹਾ ਮਦਰੱਸੇ ਲਈ ਨਾ ਕੋਈ ਨਕਲੀ ਕਾਪੀ ਲੈ ਕੇ, ਤੇ ਕੋਈ ਮਦਰੱਸਾ ਨੀ ਪਿੱਛੇ ਐਵੇਂ ਬੱਸਾਂ ਦਾ, ਹਾਂ ਪਰਚੀ ਵੀ ਦਿੰਦੇ ਹਾਂਜੀ, ਪਰਚੀ ਕੱਟ ਕੇ ਦਿੰਦੇ ਬਗੈਰ। ਮੈਂ ਨਾ ਟ੍ਰੇਨ ਚ ਜਾ ਰਿਹਾ ਸੀ ਇੱਕ ਦਿਨ, ਵਾਹ ਵਾਹ ਸਾਲਾਂ ਦੀ ਗੱਲ ਆ, ਤੇ ਇੱਕ ਵਾਹ ਸਾ ਜੀ ਆਵੇ ਲੰਬੀ ਸਾਡੀ ਨਾਨ ਟਿੱਕੀ ਵਾਲੇ ਦੀ, ਉਹ ਜਿਹੜਾ ਕੋਈ ਕਈ ਬੰਦੇ ਨਾ ਸਾਦਾ ਪਾਣੀ ਲੈ ਕੇ ਚੜ ਜਾਣਗੇ ਨਲਕੇ ਤੋਂ, ਪਾਣੀ 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 ਪਾਣੀ, ਤੇ ਐਵੇਂ ਤੱਕ ਨੀ ਪਲਾਈ ਜਾਣਗੇ, ਪਾਣੀ ਪਾਣੀ ਪਾਣੀ, ਅਗਲਾ ਪੀ ਲੂਗਾ ਉਹਨੇ ਕਿਹਾ ਸਵਾਦ ਪੈ ਕਰਕੇ 10 ਰੁਪਏ 10 ਰੁਪਏ 10 ਰੁਪਏ ਆਹੋ। ਪੰਜਾਬ ਟੱਪੇ ਕੋ ਬੋਲੀ ਹੋਰ ਹੋ ਗਈ, ਕਰਾਚੀ ਜਾਣ ਲੱਗੇ ਪਤਾ ਲੱਗ ਜਾਂਦਾ ਕੀ ਬੋਲਿਆ। ਤੁਹਾਨੂੰ ਮੈਂ ਦੱਸਿਆ ਸੀ ਨਾ ਤੁਰਕੀ ਜਦੋਂ ਗਏ, ਜਦੋਂ ਬਲੋਚਿਸਤਾਨ ਚ ਟ੍ਰੇਨ ਵੜ ਜਾਂਦੀ ਨਾ ਉਦੋਂ ਬੰਦਾ ਹਿੱਲ ਜਾਂਦਾ ਪੰਜਾਬੀ ਜਿਹੜਾ, ਉੱਥੇ ਦਾ ਐਸਾ ਮਾਹੌਲ, ਰਸਤੇ ਚ ਨਿਆਣੇ ਵੱਟੇ ਮਾਰਦੇ ਆ, ਸ਼ੀਸ਼ੇ ਬੰਦ ਕਰਾ ਕੇ ਜਾਂਦੇ ਆ ਗੱਡੀ ਦਾ ਸਟਾਫ ਕੇ, ਉਹ ਲੋਹੇ ਵਾਲੀਆਂ ਵੀ ਬੰਦ ਕਰਨ, ਕਿਉਂ ਕਿਉਂ ਪਤਾ ਨੀ, ਸ਼ਰਾਰਤੀ ਨਿਆਣੇ ਪੰਜਾਬੀਆਂ ਨੂੰ ਨੀ ਲਾਉਂਦੇ ਸਿੰਧੀ ਵੀ ਅੱਧਾ ਤਾਂ ਸਮਝਦਾ। ਅੱਛਾ ਸਰ, ਉਹ ਸਾਨੂੰ ਜਾਂਦੇ ਹੀ ਉੱਥੇ ਉਹਨਾਂ ਨੇ ਪੈਂਟਾਂ ਸ਼ਰਟਾਂ ਲਵਾਤੀਆਂ, ਕਹਿੰਦੇ ਇਹ ਪਾ ਕੇ ਨੀ ਫਿਰਨਾ ਤੁਰਨਾ, ਫਿਰ ਨੀ ਤੁਸੀਂ ਬਚਣਾ। ਪੂਰੇ ਪਾਕਿਸਤਾਨ ਚ ਉਸਤਾਦ ਜੀ ਸੂਬਾ ਬਦਲੀਏ ਤੇ ਜ਼ਬਾਨ ਚੇਂਜ ਹੁੰਦੀ ਨਾ, ਮੰਡੀ ਕੁਆਰਟਰ ਵੜ ਗਏ ਹਰ ਮਹੱਲੇ ਚ ਨਵੀਂ ਜ਼ਬਾਨ, ਕਿਤੇ ਮੀਮ ਦੀ ਬੋਲੀ ਜਾ ਰਹੀ ਆ, ਕਿਤੇ ਫੇਰ ਦੀ ਬੋਲੀ ਜਾ ਰਹੀ ਆ, ਭਾਈ ਮੰਡੀ ਕੁਆਰਟਰ ਇੱਕ ਜ਼ਬਾਨ ਹੈ ਹੀ ਨਹੀਂ, ਮੱਕੂਵਾੜੀ ਇੰਗਲਿਸ਼ ਬੋਲੀ ਜਾਂਦੀ ਭਾਈ, ਚੁੱਪ ਕਰ ਜਾ ਤੂੰ, ਅਲੱਗ ਦੀ ਗੱਲ ਨਾ ਕਰੀਏ, 2-2.5 ਮੀਟਰ ਚ ਤੇਰਾ ਇਲਾਕਾ ਬਣ ਜਾਂਦਾ, ਨਹੀਂ ਕਰਦਾ ਸੋਰੀ, ਸਹੀ ਗੱਲ ਆ, 2-2.5 ਮੀਟਰ ਦੀ ਮਾਰ ਆ ਤੇਰਾ, ਰਾਸਾਂ ਤੇ ਨਾ ਕਰੋ, ਤੇ ਹੋਰ ਨਹੀਂ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰੀ ਨੱਜੀ ਸੇਵਰ ਆਇਆ ਸੀ ਨਾ, ਸਾਰਾ ਟੱਬਰ ਬਿਮਾਰ ਹੋ ਗਿਆ, ਚੱਲ ਠੀਕ ਹੈ ਮੱਕੂਵਾੜਾ ਨਹੀਂ, ਹੈ ਪਾਗਲ ਹੋ ਗਏ ਤੇ ਹੈ ਕੀ ਆ, ਲੁਕਦੇ ਫਿਰਦੇ ਤੇ ਬਾਹਰ ਨਹੀਂ ਸੀ ਆਏ 3 ਦਿਨ ਤੁਸੀਂ, ਮਾਜਰਾ ਸੌਦਾ ਮਾਰਦਾ ਕਹਿੰਦਾ ਗੁੱਤ ਵੇਚਣੀ ਆ, ਉਹ ਪੰਮੂ ਸ਼ਾਹ
ਬਹੁਤ ਅੱਛੇ ਯਾਰ ਘਰ ਸਭ ਕਰ ਲੈ ਖਿਤਾਬ ਕਰਨ ਵਾਲਾ ਮਿਸਟਰ ਬੀਨ ਹੁੰਦਾ ਠਹਿਰ ਗੱਲ ਸਮਝਿਆ ਕਰ ਅਗਲੀ ਵੀ ਬੇਚਾਰਾ ਕੁਛ ਬਣਨ ਨਿਕਲਿਆ ਵਾ ਦਰ ਬਣੋ ਦੀਵਾਰ ਸਿਰਫ ਅੱਛੇ ਗਏ ਨੇ ਇਹਦੇ ਤੇ ਉਹਦੀ ਤਬੀਅਤ ਚੈੱਕ ਕਰ ਆਹ ਦੇਖੋ ਸਾਹ ਜੀ ਤਬੀਅਤ ਚੈੱਕ ਕਰ ਲਓ ਬਜਾਏ ਉਹਨੂੰ ਅੱਗੋਂ ਬੂਸਟ ਕਰਨ ਦੇ ਸ਼ੋਅ ਅੱਛਾ ਕਰਨ ਦੇ ਕੈਸਾ ਚੋਰੀ ਲੱਗ ਗਿਆ ਉੱਥੇ ਕਰ ਲਓ ਕਾਮੇਡੀ ਕਾਮੇਡੀ ਕਰ ਰਹੇ ਹੋ ਕਰ ਲਓ ਕਾਮੇਡੀ ਮਜਬੂਰੀ ਮੈਨੂੰ ਕਹਿੰਦਾ ਸਾਡੇ ਘਰ ਬਾਈਪਾਸ ਆ ਮੈਂ ਗਿਆ ਤੇ ਇਮਤਿਹਾਨ ਵਾਲੇ ਫੱਟੇ ਰੱਖੇ ਤੇ ਸਾਰੀਆਂ ਬਾਈਆਂ ਉੱਥੇ ਨਾ ਪਰਚੇ ਦੇ ਰਹੀਆਂ ਤੇ ਮੈਂ ਕਿਹਾ ਕਿਹੜੀ ਬਾਈਪਾਸ ਹੋਈ ਕਹਿੰਦਾ ਮੈਂ ਕਹਿੰਦਾ ਦੇਖੋ ਜੀ ਉਹ ਬਾਈਪਾਸ ਚੱਲ ਯਾਰ ਕਾਲੂ ਕਹਿੰਦਾ ਬਾਈਪਾਸ ਆ ਸਾਡੇ ਇਹਦਾ ਵੱਡਾ ਬਾਈ ਨੇ ਕਹਿਣਾ ਬਾਈਪਾਸ ਆ ਦੱਸਿਆ ਸੀ ਪਰ ਕਾਲੂ ਤੂੰ ਬਾਈਪਾਸ ਦੀਆਂ ਗੱਲਾਂ ਨਾ ਕਰ ਤੁਹਾਡੇ ਇਲਾਕੇ ਚ ਬਾਈਪਾਸ ਨੂੰ ਨਾਈ ਪਾਸ ਕਹਿੰਦੇ ਤੇਰੀ ਵਜ੍ਹਾ ਤੋਂ ਸਾਰੇ ਬਾਹਰ ਸਿਰ ਡਾ ਲੱਗਾ ਸਾਡੇ ਗੰਨਿਆਂ ਦੀ ਵਿਸਾਖੀ ਬਣਾਈ ਹੁੰਦੀ ਓਏ ਨਾਲੇ ਜਾ ਰਿਹਾ ਨਾਲੇ ਚੂਪਣ ਦੇ ਅੱਛਾ ਨਾਲੇ ਅੱਜ ਦਾ ਕਹਿੰਦਾ ਨਾਲੇ ਅੱਜ ਜਾ ਰਿਹਾ ਨਾਲੇ ਓਏ ਚੂਪਣ ਦੇ ਬਹੁਤ ਨਾ ਪ੍ਰਾਊਡ ਹੀ ਹੋ ਗਿਆ ਆਪਣੀ ਵੱਲੋਂ ਤਬੀਅਤ ਖਰਾਬ ਆਪਣੀ ਵੱਲੋਂ ਮਾਂ ਨੂੰ ਲੱਭ ਰਿਹਾ ਤੇ ਰਾਸ਼ਨ ਕਵਾਲ ਸਮਝਦੇ ਆ ਗਰਮ ਲੋਕ ਸੁੱਟ ਕੇ ਕਹਿੰਦਾ ਇਹਨੂੰ ਬੈਟਮੈਨ ਕਹੋ ਚਲੋ ਕੋਈ ਨੀ ਏਦਾਂ ਹੀ ਏਦਾਂ ਹੀ ਹੈ ਇਹ ਹੁਣ 60 ਮਿੰਟ ਏਦਾਂ ਹੀ ਰਹਿਣਾ ਤੂੰ ਏਦਾਂ ਹੀ ਕਹੀ ਜਾਣਾ ਲਾ ਖੈਰ ਚੱਲ ਨਹਿਰ ਚ ਆਪਣੇ ਕੋਲ ਤਸਵੀਰ ਸੁੱਟਣ ਡਿਆ ਕਹਿੰਦਾ ਇਸ ਸਾਲ ਇਹਨੂੰ ਲੈਣਾ ਹੀ ਅੱਛਾ ਹੁਣ ਤੁਸੀਂ ਗੱਲ ਤੁਹਾਨੂੰ ਇਹ ਲੱਗੇਗਾ ਜਿਵੇਂ ਕਹਿ ਰਿਹਾ ਇਸ ਸਾਲ ਇਹਨੂੰ ਇਹ ਲੈਣਾ ਹੀ ਉਹ ਕਹਿ ਰਿਹਾ ਇਸ ਸਾਲ ਇਸ ਬੰਦੇ ਨੂੰ ਲੈਣਾ ਹੀ ਜਿਹੜੀ ਨਹਿਰ ਹਰ ਸਾਲ ਇੱਕ ਬੰਦਾ ਲੈਂਦੀ ਨਾ ਉੱਥੇ ਤਸਵੀਰ ਸੁੱਟਣ ਡਿਆ ਆਪਣੀ ਅੱਬੇ ਦੀ ਕਹਿੰਦਾ ਇਸ ਸਾਲ ਇਹਨੂੰ ਲੈਣਾ ਹੀ ਸ਼ਿਕਵੰਜੀ ਬਣਾਉਣ ਡਿਆ ਸ਼ਿਕਵੰਜੀ ਸ਼ਿਕਵੰਜੀ ਅੱਛਾ ਸ਼ਿਕਵੰਜੀ ਬਣਾਉਣ ਡਿਆ ਤੇ ਬਰਫ਼ ਨਹੀਂ ਸੀ ਹੈਗੀ ਉਹ ਮੈਂਥੋਲ ਵਾਲਾ ਡਿਟੋਲ ਨਹੀਂ ਉਹ ਠੰਡਾ ਉਹ ਸੁੱਟਿਆ ਹੋਇਆ
ਅੱਬੇ ਦਾ ਗਿਰਾਬਾਨ ਫੜ ਕੇ ਇਹਨੇ ਵੀਡੀਓ ਬਣਵਾਈ ਤੇ ਉੱਤੇ ਗਾਣਾ ਕੀ ਲਾਇਆ ਮੈਂ ਗਿਰਿਆ ਹੋਇਆ ਬੰਦਾ ਜਮਾ ਨੀਚ ਬਲੀ ਬੜੇ ਕੋ ਪਾਥੀ ਲੈ ਗਿਆ ਅਗਲੀ ਸੁਣ ਲਓ ਅਗਲੀ ਆਪਣੇ ਅੱਬੇ ਕੋ ਨਾ ਪਾਥੀ ਲੈ ਗਿਆ ਕਹਿੰਦਾ ਅੱਬੂ ਜੀ ਆਹ ਬੰਦ ਖਾ ਲੈਂਦੇ ਗੱਟਾ ਦਿੱਤਾ ਗੱਟਾ ਲੈ ਚੱਲ ਇਹਨੇ ਕਿਹਾ ਬਾਈ ਖਾ ਲੋ ਮਸਵਾਕ ਬਣਾ ਲਈ ਉਹ ਕਹਿ ਗਿਆ ਦਾਣੇ ਦਾਣੇ ਆਉਂਦੇ ਸੌ ਪਾਉਂਡ ਆਈ ਸੀ ਇਹੀ ਕਹਿ ਦਿੰਦਾ ਕਿ ਇਹਨੇ ਆਪਣੇ ਆਪੇ ਗੱਟਾ ਦਿੱਤਾ ਮੇਰੇ ਨਾਲ ਯਾਰ ਸਤਾਬ ਬਿਮਾਰੀ ਵੈਸੇ ਇਹਦੀ ਆ ਮੈਂ ਸ਼ਰਾਦ ਨੂੰ ਡੀਟਰ ਨੂੰ ਕਹਿੰਦਾ ਕਿ ਇਹ ਜਦੋਂ ਗੱਲ ਸ਼ੁਰੂ ਕਰੇ ਨਾ ਜਿੱਥੋਂ ਗੱਲ ਸ਼ੁਰੂ ਹੁੰਦੀ ਨਾ ਉੱਥੋਂ ਲਾਉਣੀ ਤੂੰ ਇਹ ਸੱਤ ਲੈਣਾ ਪਿੱਛੋਂ ਜਿਹੜਾ ਬੋਲਦਾ ਨਾ ਉਹ ਬਹੁਤ ਡਰੈਕ ਕਰਦਾ ਹੈ ਇਹਦੀ ਮੈਂ ਉਹ ਆਦਤ ਹਟਾਉਣੀ ਯਾਨੀ ਲਾਈਕ ਤੂੰ ਮੈਨੂੰ ਕਹਿ ਕੇ ਸਾਜ ਜੀ ਇਹ ਮਤਲਬ ਕਾਲੂ ਦੇ ਕਾਲੂ ਅੱਜ ਲੇਟ ਆਇਆ ਤੇ ਹੁਣ ਮੈਂ ਤੈਨੂੰ ਕਹਿਣਾ ਕਿ ਯਾਰ ਇਹਨੂੰ ਮੈਂ 20 ਵਾਰੀ ਸਮਝਾਇਆ ਬਸ ਮੈਂ ਇੰਨਾ ਕਹਿਣਾ ਕਿ ਮੈਂ 20 ਵਾਰੀ ਸਮਝਾਇਆ ਕਿ ਲੇਟ ਨਾ ਆਇਆ ਕਰ ਤੇ ਵੇਖੀ ਨੂੰ ਮੈਂ ਪਹਿਲੇ 8 ਲੈਣਾ ਬੋਲਦੀ ਚੱਲ ਮੈਨੂੰ ਪੁੱਛ ਨੇ ਮੈਨੂੰ ਕਹਿਆ ਤੂੰ ਮੈਰ ਬਾਈ ਯਾਰ ਕਾਲੂ ਵੇਲਾ ਫਿਰ ਲੇਟ ਆਇਆ ਮਹਿਰ ਬਾਈ ਯਾਰ ਵੇਲਾ ਕਾਲੂ ਅੱਜ ਫਿਰ ਓਏ ਨੁੱਕੇ ਕੁਛ ਵੀ ਕਰ ਲਾ ਕਿੱਦਾਂ ਵੀ ਤੂੰ ਜੋ ਮਰਜ਼ੀ ਇਹਦਾ ਹਿਸਾਬ ਕਿਤਾਬ ਇਹਦਾ ਇਹ ਅੱਲਾ ਮਾਫ਼ੀ ਦੇਵੇ ਇਹਦਾ ਇਹ ਨਿਜ਼ਾਮ ਆ ਮੈਂ ਤੈਨੂੰ ਦੱਸਾਂ ਕਿ ਤੂੰ ਸੁਣ ਕੇ ਹੈਰਾਨ ਹੋ ਜਾਵੇਂ ਇਹਦਾ ਕਰਦਾ ਕੀ ਆ ਇਹ ਤਾਂ ਰੋਜ਼ ਦਾ ਹੀ ਇਹ ਕੰਮ ਹੁਣ ਗੱਲ ਇੰਨੀ ਆ ਵੀ ਇਹਦਾ ਰੋਜ਼ ਦਾ ਹੀ ਇਹ ਕੰਮ ਆ ਪਿਛਲੀਆਂ 9 ਲੈਣਾ ਵੇਖ ਤੂੰ ਤੇ ਨਾਲ ਇੰਜ ਇੰਜ ਕਰੂਗਾ ਇੰਜ ਇੰਜ ਆਹੋ ਇਹ ਮੈਂ ਤੈਨੂੰ ਦੱਸਾਂ ਉਹ ਐਸਾ ਇਹ ਹੋਈ ਕਿ ਇਹ ਇਹਨੇ ਨੀ ਹਟਣਾ ਲੈ ਆਹੋ ਤੂੰ ਕਿੰਨਾ ਕਹਿੰਦੇ ਭਾਜੀ ਇਹਨੇ ਨੀ ਹਟਣਾ ਬੜੇ ਲੱਗਦੇ ਆ ਰੋਟੀਆਂ ਦਾ ਪਾਉਣਾ ਨੀ ਹੁੰਦਾ ਉਹ ਰੱਖ ਕੇ ਤੇ ਉੱਤੇ ਗਰਮ ਮਿਸਤਰੀ ਫਿਰਦੇ ਆ ਮੈਂ ਕਿਹਾ ਕਹਿੰਦਾ ਟੈਟੂ ਬਣਾਉਂਦੇ ਆ ਆਖਿਰਕਾਰ ਉਹਦਾ ਵੀ ਕੋਈ ਨਾਮ ਭਰਮ ਭਾਰ ਬਣਾਉਣਾ ਕਿ ਨਹੀਂ ਕਹਿੰਦਾ ਆ ਮੇਰੇ ਘਰ ਕੈਰਮ ਬੋਰਡ ਖੇਡੀ ਮੈਂ ਗਿਆ ਤੇ ਉਹ ਗੋਲੀਆਂ ਨੀ ਹੁੰਦੀਆਂ ਡਿੱਗੀਆਂ ਜੀ ਉਹ ਹੈ ਹੀ ਨੀ ਜਰਦੀਆਂ ਰੱਖੀਆਂ ਆਂਡੇ ਵਾਲੀਆਂ ਅੱਛਾ ਕੱਲ ਨਾ ਦੇ ਵੇਖੀ ਕਿਦਾਂ ਐ ਰੱਖੀਆਂ ਆ ਮੈਨੂੰ ਡਾਲੀ ਡੋਈ ਹੋਈ ਤਾਰੀ ਟੋਕੀਓ ਦੇ ਮਲੰਗ ਤਾਰਕ ਜਵੇਦ ਸਾਹਿਬ ਇਹਨੂੰ ਨਾ ਰੋਕੀਓ ਟੋਕੀਓ ਗੁੱਸੀ ਮੱਛੀ ਖਾਇਆ ਕਹਿੰਦਾ ਮੈਨੂੰ ਬੰਗਾਲੀ ਗੋਲ ਅੱਛਾ ਯਾਰ ਮੈਨੂੰ ਇਹ ਨੀ ਸਮਝ ਆਉਂਦੀ ਵੀ ਤੂੰ ਕੰਮ ਜੋ ਕਰ ਲੈਂਦਾ ਬਾਅਦ ਚ ਇਹ ਕਿਉਂ ਕਹਿੰਦਾ ਕਿ ਮੈਨੂੰ ਆਹ ਕਹੋ ਵੀ ਤੂੰ ਰਹਿਣ ਦੇ ਅਗਲੇ ਨੂੰ ਆਪੇ ਤੈਨੂੰ ਕਹਿ ਦੇਣਗੇ ਤੂੰ ਇਹ ਕੋਈ ਜ਼ੋਰ ਪੈਂਦਾ ਕਿ ਮੈਨੂੰ ਆਹ ਕਹੋ ਕਿਹਨੇ ਕਿਹਾ
ਛੋਟੇ ਛੋਟੇ ਬੱਚਿਆਂ ਨੂੰ 10 ਰੁਪਏ ਦੇ ਕੇ ਕਹਿੰਦਾ ਮੈਨੂੰ ਸ਼ਾਹਰੁਖ ਖਾਨ ਕਿਉਂ ਸਾਰੇ ਕਹਿਣ ਲੱਗ ਪਏ ਇਹਨੂੰ ਛੇੜ ਲੱਗਣ ਲੱਗ ਪਈ ਫਿਰ ਦੱਸ ਦੱਸ ਕਹਿੰਦਾ ਯਾਰ ਨਾ ਕਾਜੀ ਮੂੰਹ ਤੇ ਇੰਨੇ ਜਾਲੇ ਲੱਗੇ ਮੈਂ ਕਿਹਾ ਕੀ ਹੋਇਆ ਕਹਿੰਦਾ ਸਵੈਟਰ ਮੈਂ ਤਾਂ ਸ਼ੀਰ ਤੋਂ ਗਿਆ ਨੀਲਾ ਟਰੋਜਰ ਪਾ ਕੇ ਚਿੱਟੀ ਸ਼ਰਟ ਪਾ ਕੇ ਤੇ ਪਿੱਛੇ ਉੱਡਾ ਹਰਾ ਹੱਥ ਲਗਾਇਆ ਕਹਿੰਦਾ ਸੁਪਰਮੈਨ ਕੌਮ ਉਹਦੀ ਨਾ ਮੁਖਤਲ ਵਰਦੀ ਹੁੰਦੀ ਪਿੱਛੇ ਨਾਲ ਪੜਨਾ ਹੁੰਦਾ ਵਾ ਉਹ ਪਿੱਛੇ ਆਏ ਹੋਰ ਜਿਹਨੂੰ ਤੂੰ ਫੜਿਆ ਜੋ ਗਿਆ ਵਾ ਤੇ ਤੂੰ ਕਿਉਂ ਇਹ ਗੱਲ ਕੀਤੀ ਬਾਹੂਬਲੀ ਨੇ ਦੁਬਾਰਾ ਕਰ ਸਹੀ ਕਰਕੇ ਕਰ ਜਿੱਦਾਂ ਚੁੱਕ ਲਿਆ ਉਹਨਾਂ ਨੇ ਕੁਛ ਵੀ ਨੀ ਕਿਹਾ ਭਾਈ ਕਹਿੰਦਾ ਜਿੱਦਾਂ ਹੈ ਸੀ ਉਹਨੇ ਚੁੱਕ ਲਿਆ ਹਾਂਜੀ ਗਟਰ ਤੇ ਲੋਕ ਯਾਰਾਂ ਦੋਸਤਾਂ ਨੂੰ ਕਹਿ ਰਹੇ ਆਹ ਭਾਜੀ ਮੇਰਾ ਗਰੀਬ ਖੰਡ ਬਸ ਆਪਣਾ ਆਹੀ ਇਹਨੇ ਵੀ ਤੂੰ ਦੱਸੀ ਸੀ ਸਾਰਿਆਂ ਨੂੰ ਤੂੰ ਦੱਸੀਆਂ ਨੇ ਮੈਂ ਸਿਰਫ ਕਾਲ ਨਹੀਂ ਤੂੰ ਸਾਰਿਆਂ ਨੂੰ ਦੱਸਣੀ ਹੈ ਤੂੰ ਰਾਈਟਰ ਹੈ ਤਾਂ ਦੁਨੀਆ ਦਾ ਕੋਈ ਢੱਕਣ ਚੁੱਕਿਆ ਅੰਦਰ ਬੰਦਾ ਕੰਮ ਕਰ ਸਕਦਾ ਓ ਹੋ ਮੈਂ ਤੁਹਾਡੀ ਛਾਤੀ ਖੋਲੀ ਗਟਰ ਦੇ ਵਿੱਚੋਂ ਬਾਲਟੀ ਭਰ ਕੇ ਲਿਆਂਦੇ ਮੈਂ ਕਿਹਾ ਕਿ ਕਹਿੰਦਾ ਖੁੱਲੀ ਪੈਪਸੀ ਓਕੇ ਅੱਛੀ ਸੀ ਗਟਰ ਤੇ ਬੈਠਾ ਗੱਠੋ ਤੇ ਬੈਠਾ ਮੈਂ ਕਿਹਾ ਬੋਲ ਨੀ ਆਉਂਦੀ ਕਹਿੰਦਾ ਲੈ ਲੈਚੀ ਪਾਈ ਮੂੰਹ ਚ ਉਹ ਵੀ ਦੱਸੋ ਉਹ ਵੀ ਦੱਸ ਗਟਰ ਚ ਨਾ ਸਾਹ ਜੀ ਬਾਲਟੀ ਭਰ ਕੇ ਲਿਜਾ ਰਿਹਾ ਮੈਂ ਕਿਹਾ ਕਿੱਧਰ ਕਹਿੰਦਾ ਘਰ ਮਸ਼ੀਨ ਲਾਈ ਹੈ ਕੱਪੜੇ ਧੋਣੇ ਆ ਸਾਜੀ ਗਟਰ ਚੋਂ ਬਾਲਟੀ ਕੱਢ ਕੇ ਲੈ ਕੇ ਗਿਆ ਬੰਦੇ ਨੂੰ ਕਿਹਾ ਇਹ ਕਿੱਧਰ ਕਹਿੰਦਾ ਯਾਰ ਭੈਂਟੇ ਕੱਢਨੇ ਇਹਨਾਂ ਚ ਅੱਛਾ ਇਹਨਾਂ ਚ ਭੈਂਟੇ ਲੱਭਣੇ ਆ ਇੰਜ ਕਰਕੇ ਗਟਰ ਚੋਂ ਬਾਲਟੀ ਭਰ ਕੇ ਜਾਣ ਦੇ ਲੋਕ ਨੂੰ ਕਹੇ ਨਹੀਂ ਨਹੀਂ ਆਪਣੀ ਲਿਆਓ ਮੈਂ ਤੇਰੀ ਆਪਣੀ ਲਿਆ ਇੰਜ ਕਰਕੇ ਹੱਥ ਮਾਰ ਕੇ ਕਹਿੰਦਾ ਓ ਹੋ ਥੁੱਕ ਵੀ ਠੀਪੇ ਤਰ੍ਹਾਂ ਲੱਗਣ ਦੇ ਚਮਚੀ ਬੰਦ ਤੂੰ ਕੀ ਕਰ ਗੰਦੀਆਂ ਜੁਗਤਾਂ ਬਹੁਤ ਕਰਦੇ ਕਿਹੜਾ ਕਰ ਲੈਵਲ ਰੱਖੋ ਨਾ ਵੀ ਗਟਰ ਚੋਂ ਬਾਲਟੀ ਭਰ ਕੇ ਗਾਰੇ ਦੇ ਲਈ ਜਾ ਰਿਹਾ ਤੇ ਸਾਰੇ ਤੇ ਨਾਲ ਇਹ ਵੀ ਡਰ ਆ ਕਿ ਕੋਈ ਖੋ ਨਾ ਲਵੇ ਤੇ ਥੋੜਾ ਜਿਹਾ ਦੂਰ ਜਾ ਕੇ ਨਾ ਮਾੜਾ ਮਾੜਾ ਇੱਧਰ ਉੱਧਰ ਦੇਖ ਕੇ ਕਰਕੇ ਕਹਿੰਦਾ ਗੰਦੀ ਨਾ ਗੱਲ ਕਰੋ ਯਾਰ ਇਹ ਗਟਰ ਗੁਟਰ ਜੇ ਉਹ ਛੱਡ ਦੋ ਯਾਰ ਸਟੈਂਡ ਚ ਵੜ ਗਿਆ ਗਟਰ ਚ ਵੜ ਕੇ ਆਪਣਾ ਭਰਾਉਣ ਕਹਿਣਾ ਤੁਸੀਂ ਜਾਓ ਮੈਂ 10 ਮਿੰਟ ਲੱਗ ਜਾਣੇ ਆ ਸਾਜੀ ਗਟਰ ਚ ਵੜ ਗਿਆ ਬਾਲਟੀ ਭਰ ਕੇ ਘਰ ਲਿਆ ਅੱਬੇ ਨੇ ਇਹਨੂੰ ਕੁੱਟਿਆ ਗਟਰ ਦੇ ਕਿਨਾਰੇ ਤੇ ਬੈਠਾ ਹੱਥ ਚ ਪੰਖ ਫੜਿਆ ਲਿਖਣ ਵਾਲਾ ਇੱਥੇ ਐਨਕ ਰੱਖੀ ਐ ਕਰਕੇ ਅੱਗੇ ਵੱਡਾ ਰੱਖਿਆ ਤੇ ਗਟਰ ਦੇ ਕਰ ਰਿਹਾ ਦੱਸ ਕੁੱਤੇ ਦੇ ਮੂੰਹ ਚੰਜ ਕਰਕੇ ਹੱਥ ਪਾਤਾ ਕਹਿੰਦਾ ਕੱਢ ਮੇਰੀ ਗੇਂਦ ਮੇਰੀ ਗੇਂਦ ਕੱਢ ਇਹਦੇ ਘਰ ਇੱਕ ਬੰਦਾ ਆਇਆ ਉਹਦੇ ਇੱਥੇ ਬਾਲ ਨਹੀਂ ਸੀ ਕਿ ਇੱਥੋਂ ਕਲਮਾਂ ਚੁੱਕੀਆਂ ਤੇ ਆਪਣੇ ਅੱਬੂ ਨੂੰ ਕਹਿੰਦਾ ਗੇਮ ਵਾਲਾ ਹਾਜੀ ਆਇਆ ਮੇਰੀ ਨਾ ਹੋਣ ਦੀ ਬੇਵਕੂਫ ਕਿੰਨਾ ਕਵਾਂ ਮੈਂ ਲੈਟ ਬੰਦ ਹੋਈ ਤੇ ਚਾਹ ਦਾ ਡੱਡੂ ਖਾ ਗਿਆ ਥੋੜਾ ਜਾ ਕੇ ਘੰਟਾ ਘਰ ਧੋਣ ਚੱਲਾ ਧੋਣ ਚੱਲਾ ਆਹੋ ਅੱਛਾ ਤੇ ਮੈਂ ਕਿਹਾ ਇਹ ਘਟਾਉਣ ਲੱਗਾ ਕਹਿੰਦਾ ਇੱਥੋਂ ਮੇਰਾ ਮਾੜਾ ਟਾਈਮ ਸ਼ੁਰੂ ਹੋਇਆ ਕਿਸਮਤ ਤੇਰੀ ਆਪਣੀ ਨਹੀਂ ਠੀਕ ਹੈਗੀ ਉੱਥੇ ਕਹਿੰਦਾ ਤਾਂ ਦੇਵ ਦੇਵ ਅੱਛਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਮੇਰੇ ਚਾਹੁੰਦਾ ਸਾਹ ਸਾਹ ਢਾਉਣ ਲੱਗਾ ਸਾਡਾ ਚਵਲੇ ਕਿੱਥੋਂ ਆ ਗਿਆ ਤੂੰ
ਚਲਦੀ ਰਿਕਾਰਡਿੰਗ ਤੂੰ ਕੀ ਬਕਵਾਸ ਕਰਨ ਦੇ ਬੇਵਕੂਫ ਨੀ ਹੈ ਮੈਂ ਅੱਛਾ ਹਾਂ ਸਾਰੀ ਸਮਝ ਮੈਨੂੰ ਆਉਂਦੀ ਆ ਮੈਂ ਏਡਾ ਕੋਈ ਬੇਵਕੂਫ ਅੱਛਾ ਕੀ ਸਮਝ ਆ ਰਹੀ ਅਸਲ ਦੇ ਵਿੱਚ ਨਾ ਉਸਤਾਦ ਜੀ ਕੱਲ ਇਹਨੂੰ ਮੈਂ ਕਿਹਾ ਇਹਦੇ ਨਾਲ ਮੈਂ ਵਾਅਦਾ ਕੀਤਾ ਕਾਲੂ ਦੇ ਨਾਲ ਕਿ ਕੱਲ ਦਾ ਸ਼ੋਅ ਤੇਰਾ ਜਿੰਨੀਆਂ ਦਿਲ ਕਰੇ ਕਰ ਲਈ ਤੈਨੂੰ ਆਪ ਹੱਥੀ ਲਿਖ ਕੇ ਦਊ ਖਡਾਊਂਗਾ ਤੇ ਤੂੰ ਅੱਲਾ ਖੈਰ ਕਰੇ ਤੂੰ ਵੀ ਕਰੋ ਆਨਾ ਕਹਿੰਦਾ ਯਾਰ ਮੁਹੱਲੇ ਦੇ ਵਿੱਚ ਕਹਿੰਦਾ ਬਿਸਤ ਹੋ ਰਿਹਾ ਵਾ ਕਿ ਜਾਨੀ ਦੇ ਦਫ਼ਤਰ ਜਾ ਰਿਹਾ ਫੇਰ ਨੀ ਬੋਲ ਰਿਹਾ ਫੇਰ ਨੀ ਜੁੱਤਾਂ ਕਰ ਰਿਹਾ ਇੱਕ ਸੈਡ ਸੋ ਜਾਂਦੀ ਹੈ ਡਿੱਗ ਜਾਂਦੀ ਮਰ ਜਾਂਦੀ ਮੈਂ ਕਿਹਾ ਕੱਲ ਨੂੰ ਜ਼ਰਾ ਢੇਰ ਕਰੀ ਮੈਂ ਤੇਰੀਆਂ ਸੁਣੂਗਾ ਯਾਰ ਮੈਨੂੰ ਕਰ ਚਲੋ ਯਾਰ ਇਤਨਾ ਵੱਡਾ ਕਿਸੇ ਨੂੰ ਜਗ੍ਹਾ ਦੋਗੇ ਤੇ ਤੁਹਾਨੂੰ ਜਗ੍ਹਾ ਮਿਲੇ ਜੀ ਇਹ ਤੁਹਾਡਾ ਵੱਡਾ ਪੰਨ ਹੈ ਅੱਬੇ ਆਪਣੇ ਨੂੰ ਚਲਸ ਬੁਲਾਉਂਦੇ ਆ ਮੈਂ ਕਿਹਾ ਕੀ ਕਹਿੰਦਾ ਬੰਦੇ 'ਚ ਕੋਈ ਐਪ ਹੀ ਹੋਣਾ ਚਾਹੀਦਾ ਯਾਰ ਹਜ਼ਾਰਾ ਹੋਟਲ 'ਤੇ ਚਲਾ ਗਿਆ ਜਾ ਕੇ ਉਸਤਾਦ ਜੀ ਉੱਥੇ ਕਹਿਣ ਡਿਆ ਵਾ ਆ ਡਬਲ ਪਲੇਟ ਗ੍ਰੇਵੀ ਲਾਉਣਾ ਜੀ ਗ੍ਰੇਵੀ ਇੰਨੀ ਖਲਾਈਦੀ ਆ ਬਦਤਮੀਜ਼ ਇਨਸਾਨ ਉਸਤਾਦ ਜੀ ਆਪਣੇ ਵਾਲਦ ਸਾਹਿਬ ਨੂੰ ਯਾਰ ਦੋਸਤ ਮਿਲਣ ਆਏ ਤੇ ਉਹਨੂੰ ਆਵਾਜ਼ ਮਾਰ ਕਹਿੰਦਾ ਓਏ ਉਰੇ ਆ ਬੋਤਲ ਲੈ ਕੇ ਉਸਤਾਦ ਜੀ ਇਹਨਾਂ ਦੇ ਮੁਹੱਲੇ 'ਚ ਪੂਰੀ ਫਾਇਰਿੰਗ ਹੋ ਰਹੀ ਆ ਅਤੇ ਆਪਣੇ ਆਪਣੇ ਪੈਸੇ ਦੇ ਕਹਿੰਦਾ ਜਾਓ ਜੂਸ ਜੂਸ ਪੀਓ ਬਾਹਰ ਬਾਬਾ ਜੀ ਮੁਹੱਲੇ 'ਚ ਬਿਜਲੀ ਡੇਗ ਰਹੀ ਆ ਉਸਤਾਦ ਜੀ ਅਤੇ ਆਪਣੇ ਅੱਬੇ ਨੂੰ ਕਾਲਾ ਸੂਟ ਕੱਢ ਕੇ ਦੇ ਰਿਹਾ ਲਓ ਪਾਓ ਬੇਵਕੂਫ ਇਨਸਾਨ ਉਸਤਾਦ ਜੀ ਇਹ ਬਿੱਲੀ ਚੁੰਮੀ ਆ ਇੰਜ ਕਰਕੇ ਤਾਂ ਉਹਨੂੰ ਛੱਡਤੀ ਬਿੱਲੀ ਉੱਠਾ ਥੱਲੇ ਕਬੂਤਰ ਛੱਡੀ ਦਾ ਚਵਲਾ ਇੰਜ ਕਰਕੇ ਮੈਂ ਉਹ ਮੈਂ ਚੱਲ ਤੂੰ ਵੀ ਕਰ ਯਾਰ ਉਸਤਾਦ ਜੀ ਏਡਾ ਪਾਗਲ ਆ ਆਪਣੇ ਅੱਬੇ ਨੂੰ ਬਦਤਮੀਜ਼ੀ ਨਾਲ ਬੁਲਾਉਣ ਡਿਆ ਬੰਦਿਆਂ ਨੇ ਆ ਕੇ ਕਿਹਾ ਕਿ ਯਾਰ ਆਹ ਕਰਨ ਆ ਕਹਿੰਦਾ ਕੁਛ ਨੀ ਯਾਰ ਫਿਰ ਬਾਅਦ ਨਹੀਂ ਨਹੀਂ ਗੱਲ ਭੁੱਲ ਗਿਆ ਤੂੰ ਆਪਣੇ ਅੱਬੇ ਨੂੰ ਬਦਤਮੀਜ਼ੀ ਨਾਲ ਬੁਲਾਉਣ ਡਿਆ ਇੱਕ ਬੰਦੇ ਨੇ ਆ ਕੇ ਇਹ ਕਰਨ ਆ ਕਹਿੰਦਾ ਚੁੱਪ ਇਹ ਮੇਰਾ ਹੈ ਨੀ ਅਸੀਂ ਆਈਸਕ੍ਰੀਮ ਦਾ ਕੰਮ ਕਰਦਾ ਸੀ ਤੇ ਘਰ ਦਾ ਗੱਡਰ ਭਰ ਗਿਆ ਵਾਲਾ ਕਟਰੀ ਨੇ ਆਈਸਕ੍ਰੀਮ ਲਾ ਉਹਨੇ ਖੋਲ੍ਹ ਡਿਆ ਐਤਕੀ ਕੁਵਾਰ ਰਹਿਣ ਦੇ ਬਾਦ ਸਾਨੂੰ ਬੁਲਾਉਂਦੇ ਐਤਕੀ ਕੁਵਾਰ ਰਹਿਣ ਦਿਓ ਬਾਦ ਸਾਨੂੰ ਬੁਲਾਉਂਦੇ ਇਹਦੇ ਪੀਰਾਂ ਨੇ ਇਹਨੂੰ ਕਿਹਾ ਕਿ ਪਿੰਨੀਆਂ ਲੈ ਕੇ ਤੇ ਬੁੜੇ ਦੀ ਲੱਤ ਤੇ ਆ ਰਹੀ ਫਿਰ ਉਹ ਪਿੰਨੀਆਂ ਦੂਜੀਆਂ ਉਹਨੇ ਕਿਹਾ ਸੀ ਖਾਣ ਵਾਲੀਆਂ ਯਾਰ ਜੇ ਨਹੀਂ ਨਾ ਬਹਿਣਾ ਤੇ ਬਾਹਰ ਚਲਾ ਜਾ ਇੱਥੇ ਨੇਸਤੀ ਨਾ ਪਾ ਸਾਡਾ ਸ਼ੋਅ ਤੂੰ ਕਿਲ ਕਰ ਰਿਹਾ ਡਰੈਗ ਕਰ ਰਿਹਾ ਆਪਣੀ ਵੱਲੋਂ ਤੂੰ ਟਰੈਕ ਰੱਖਿਆ ਮੈਂ ਤੇਰਾ ਮਿੰਟੋ ਪਹਿਲੇ ਟਰੈਕ ਢਾ ਦੇਣਾ ਨਹੀਂ ਤੇ ਨਿਕਲ ਜਾ ਦਫਾ ਹੋ ਜਾ ਇੱਥੋਂ ਨੋਣੀ ਨੂੰ ਬਹਿਣ ਦੇ ਐਡਾ ਤੂੰ ਐਵੇਂ ਚੌਧਰੀ ਨਹੀਂ ਮੈਂ ਉਹ ਬਸ ਕਰਦੇ ਤੂੰ ਫਿੱਟੇ ਮੂੰਹ ਤੇਰੇ ਵਰਗੇ ਤਿੰਨ ਬੱਚੇ ਹੋਣ ਤੇ ਫਿਰ ਪਿਓ ਦੱਸਦਾ ਜੀ ਮੇਰੇ ਘਰ ਇੱਕ ਹੋਣ ਹੋਇਆ ਜੀ ਲੱਖ ਲੜ ਤੇਰੇ ਵਰਗੇ ਬੱਚੇ ਫਿੱਟੇ ਮੂੰਹ ਤੇਰੀ ਕਿਸਮਤ ਭਰਾਵਾ ਮੈਂ ਤੇ ਤੈਨੂੰ ਤੇਰੇ ਵਰਗਾ ਸੋਹਣਾ ਮੁੰਡਾ ਹੋਵੇ ਮੱਲੇ ਕੋ ਪਤਾ ਮੁੰਡਾ ਆਇਆ ਐ ਕਿਦੋਂ ਨਹੀਂ ਨਹੀਂ ਐ ਵੀ ਤੇ ਅੰਦਰ ਜਾ ਕੇ ਬੁੱਢੀ ਨੂੰ ਕੁੱਟਣ ਲੱਗ ਪੈਂਦਾ ਇਹ ਤੂੰ ਦੱਸਿਆ ਬਾਹਰ ਤੂੰ ਬਦ ਬਦ ਕੇ ਗੱਲਾਂ ਕਰਨੇ ਆ ਸਾਡੇ ਨਾਲ ਵੀ ਅਸੀਂ ਛੇ ਜਣੇ ਬੈਠੇ ਤਾਂ ਜੁੱਤਾ ਤੂੰ ਅੱਗੋਂ ਚੌਰੀ ਬਣਿਆ ਵੀ ਏਦਾਂ 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 ਅੱਲਾ ਮਾਫ਼ੀ ਫਿੱਟੇ ਨੂੰ ਉਸਤਾਦ ਜੀ ਉਹਨੂੰ ਮੌਕਾ ਦੇਣੇ ਉਹ ਮੈਨੂੰ ਕਹਿੰਦਾ ਮੌਕਾ ਦੇਣਾ ਤੂੰ ਉਹ ਤੂੰ ਕੀ ਆ ਵੀ ਮੌਕਾ ਦੇ ਸਿਆ ਉਹਨੇ ਨਹੀਂ ਮੰਨਣਾ ਨਹੀਂ ਇੱਕ ਮਿੰਟ ਆ ਇੱਕ ਮਿੰਟ ਮੈਂ ਤੂੰ ਕੀ ਆ ਤੇਰੇ ਨਸੀਬ ਹੁਣ ਨਹੀਂ ਤੂੰ ਕੋਈ ਕਾਮੇਡੀ ਕਿੰਗ ਆ ਤੂੰ ਕਹਿੰਦਾ ਮੈਨੂੰ ਮੌਕਾ ਦੇਣੇ ਕੀ ਆ ਤੂੰ ਓਏ ਕੌਣ ਆ ਤੂੰ ਓਏ ਇਸਤਾਂਬੋਲ ਦੇ ਢਾੜੀ ਕੌਣ ਆ ਤੂੰ ਤਾਰਕ ਜਵੇਦ ਸਾਹਿਬ ਉਹ ਮੇਰੇ ਤਾਰਕ ਜਵੇਦ ਸਾਹਿਬ ਉਹ ਬਹੁਤ ਵੱਡੀ ਦੁਨੀਆ ਚੱਲ ਯਾਰ ਤੂੰ ਤਾਰਕ ਟੈੜੀ ਤੱਕ ਹੀ ਆ ਜਾ ਤੂੰ ਤੂੰ ਸਾਤੇ ਤਾਰਕ ਤੱਕ ਆ ਜਾ ਕਿਸੇ ਤੱਕ ਤਾਰਕ ਬਾਤ ਤੱਕ ਹੀ ਆ ਜਾ
ਸਤਨ ਦੁਨੀਆ ਦੀ ਚਵਲੇ ਮੈਂ ਤੇ ਸਿਰਫ ਇਹ ਕਹੂੰਗਾ ਕਿ ਦਰ ਬਣੋ ਦੀਵਾਰ ਨਾ ਬਣੋ ਕਿਸੇ ਨੂੰ ਜਗ੍ਹਾ ਦਿਓ ਰਸਤਾ ਦਿਓ ਮੌਕਾ ਦਿਓ ਨਵਾਂ ਟੈਲੈਂਟ ਅੱਗੇ ਲੈ ਕੇ ਆਉਣਾ ਲਖਨਊ ਦੇ ਮੰਗੇ ਜਵਾਬ ਦੇ ਨਹੀਂ ਤੇ ਤੂੰ ਵੀ ਤਿਆਰ ਕਰਨਾ ਰਸਤਾ ਤੂੰ ਅੱਗੇ ਖਲੋ ਜਾਂਦਾ ਕਿ ਨਹੀਂ ਸਤਾਜੀ ਦਫ਼ਤਰ ਹੀ ਆ ਬਸ ਇੱਧਰ ਨਹੀਂ ਪਸਾ ਹੈ ਬਿੱਲੀ ਨੇ ਇਹਦੀ ਮਾਂ ਭੈਣ ਇੱਕ ਕਰਤੀ ਕਿਉਂ ਕਹਿੰਦੀ ਚਵਲ ਜਿਹਾ ਮੈਨੂੰ ਦੁੱਧ ਕਹਿ ਕੇ ਕੱਚੀ ਲੱਸੀ ਪਾ ਗਿਆ ਬਿੱਲੀ ਲੰਘ ਕੇ ਜਾਂਦੀ ਆ ਉੱਥੇ ਬਹਿ ਕਹਿੰਦਾ ਮੈਨੂੰ ਅੱਗੇ ਲਾ ਦੀ ਕਾਵਾ ਥਾਕੀ ਆ ਹੋਟਲ ਮਜ਼ੂਮ ਆ ਮਜ਼ਲੂਮ ਮਜ਼ੂਮ ਕਹਿੰਦਾ ਮਜ਼ੂਮ ਬੋਲਦਾ ਬੇਜ਼ਬਾਨ ਆ ਯਾਰ ਬਿੱਲੀ ਕਹਿ ਉਹ ਕੀ ਕਾਵਾ ਬਿੱਲੀ ਆ ਇਹ ਜਦੋਂ ਹੋਇਆ ਤੇ ਅੱਬੇ ਨੂੰ ਇੱਕ ਬੰਦੇ ਨੇ ਕਿਹਾ ਸੁਣਿਆ ਜੀ ਤੁਹਾਡੇ ਘਰ ਮੁਬਾਰਕ ਹੋਇਆ ਮੁੰਡਾ ਹੋਇਆ ਰੱਬਾ ਕਹਿੰਦਾ ਉਰੇ ਆ ਤੇਰੇ ਘਰ ਤੈਨੂੰ ਇਹ ਤੈਨੂੰ ਮੈਂ ਇੱਦਾਂ ਕਦੀ ਗਲੀ 'ਚ ਜ਼ਲੀਲ ਕੀਤਾ ਅਨਕਰਾ ਦੇ ਯਾਰ ਮੈਨੂੰ ਗੱਲ ਆ ਮੇਰੇ ਮੂੰਹ ਦਾ ਜਦੋਂ ਹੋਇਆ ਲੋਕੀ ਮੁਬਾਰਕ ਦੇ ਇਹਨੇ ਤਾਂ ਅੱਬਾ ਕੋ ਕਰ ਸੋਰੀ ਯਾਰ ਨਹੀਂ ਨਹੀਂ ਲੋਕੀ ਮੁਬਾਰਕ ਦੇ ਰਹੇ ਤਾਂ ਅੱਬਾ ਨੂੰ ਇੱਕ ਨੇ ਮੁਬਾਰਕ ਦੂਜੇ ਨੇ ਮੁਬਾਰਕ ਦੀ ਜਿਹਦਾ ਅੱਬਾ ਇੱਡਾ ਕਹਿੰਦਾ ਵੈਸੇ ਹੀ ਮਾਰ ਦਿਓ ਮੈਨੂੰ ਇੱਦਾਂ ਹੌਲੀ ਹੌਲੀ ਜ਼ਲੀਲ ਕਰਨ ਨਾਲੋਂ ਇਹ ਜਦੋਂ ਮੈਂ 16 ਸਾਲ ਦਾ ਹੋਇਆ ਸੀ ਨਾ ਉਸਤਾਦ ਜੀ ਮੇਰੇ ਦਾਦਾ ਜੀ ਫਰਮਾਉਂਦੇ ਕਿ ਤੈਨੂੰ ਸੋਨੇ ਦੇ ਵਿੱਚ ਤੋਲ ਦਿੱਤਾ ਸੀ ਯਾਨੀ ਕਿ ਤਕੜੀ ਨਹੀਂ ਹੁੰਦੀ ਤਰਾਜ਼ੂ ਇੱਕ ਸਾਈਡ ਤੇ ਸੋਨਾ ਜ਼ਵਰਾ ਤੇ ਇੱਕ ਸਾਈਡ ਤੇ ਮੈਨੂੰ ਬਿਠਾ ਕੇ ਜੀ ਉਹਦੀ ਮੈਂ ਵਜ੍ਹਾ ਦੱਸਦਾ ਉਹ ਮੱਲੇ ਵਾਲਿਆਂ ਨੇ ਕਲੋਨੀ ਵਾਲਿਆਂ ਨੇ ਸੋਨਾ ਇਕੱਠਾ ਕਰਕੇ ਤੋਲ ਦਿੱਤਾ ਉਹਨੇ ਕਿਹਾ ਜੀ ਬਰਾਬਰ ਹੋ ਗਿਆ ਇਹ ਲੈ ਜਾਓ ਇਹ ਦੋਵੇਂ ਚੀਜ਼ਾਂ ਲੈ ਜਾਓ ਤੇ ਸਾਰੀ ਤਾ ਕਿਆਮਤ ਇਸ ਇਲਾਕੇ ਦੇ ਅੰਦਰ ਪਹੁੰਚਾਣਾ ਇਲਾਕਾ ਬਦਰ ਹੋ ਜਾਓ ਹਾਂ ਤਾਜੀ ਉਸ ਤੋਂ ਬਾਅਦ ਹੀ ਉਹ ਕਿਉਂਕਿ ਤੇਰੇ ਉਹ ਲਟੇਰੇ ਸੀ ਨਾ ਸਮੁੰਦਰੀ ਲਟੇਰੇ ਉਦੋਂ ਹੀ ਫਿਰ ਸੋਨਾ ਲੈ ਕੇ ਗਏ ਉਸਤਾਦ ਜੀ ਜਿੱਦਣ ਪੈਦਾ ਹੋਇਆ ਦਾ ਇਹਦੇ ਆਪਣੇ ਪਸਤੌਲ ਰੱਖਣਾ ਸ਼ੁਰੂ ਕਰਤਾ ਕਿਉਂ ਉਹ ਕਹਿੰਦਾ ਜੀ ਇੱਥੇ ਇਹ ਹੋ ਸਕਦਾ ਤੇ ਕੁਛ ਵੀ ਹੋ ਸਕਦਾ ਇਹ ਪੈਦਾ ਹੋਇਆ ਤੇ ਇਹਦੇ ਅੱਬੇ ਨੂੰ ਮਿਲੇ ਚ ਮੁਬਾਰਕਬਾਦਾਂ ਦੇਣ ਦੇ ਕਹਿੰਦਾ ਬੰਦੇ ਕੋਲ ਯਾਰ ਗਲਤੀਆਂ ਹੋ ਜਾਂਦੀਆਂ ਬੰਦਾ ਗਲਤੀਆਂ ਦਾ ਪੁਤਲਾ ਵਾ ਗਲਤੀਆਂ ਕਰਦਾ ਸਿੱਖਦਾ ਬੰਦਾ ਤਕਰੀਰ ਹੀ ਕਰਨ ਲੱਗ ਪਿਆ ਪੂਰਾ ਤੂੰ ਸੋਨੇ ਤੇ ਤੁਹਾਡੇ ਘਰ ਪਹਿਲੀ ਵਾਲੀ ਘੋਟਣਾ ਆਇਆ ਸੀ ਬੜਕਾ ਮਾਂ ਬਾਰ ਗਲੇ ਭਾਲੇ ਸੀ ਤੁਸੀਂ ਠੀਕ ਹੈ ਨਾ ਉਹਨੂੰ ਮੋਦਰ ਟਾਇਪ ਸਮਝਣ ਦੇ ਤੂੰ ਠੀਕ ਆ ਤੇ ਤੂੰ ਸੋਨੇ ਚਲੋ ਠੀਕ ਆ ਬਸ ਕਰ ਦੇ ਯਾਰ ਜਦੋਂ ਪੈਦਾ ਹੋਇਆ ਨਾ ਅਖਬਾਰ ਚ ਲਪੇਟ ਕੇ ਲਿਆ ਵੀ ਬੁਗਤੇ ਵਰਗਾ ਤੇ ਮੂੰਹ ਸੀ ਨਹੀਂ ਨਹੀਂ ਇਹ ਜਦੋਂ ਪੈਦਾ ਦੁਨੀਆ ਦੀ ਹਰ ਤਾਈ ਇੰਜ ਫੜਾਉਂਦੀ ਖੁਸ਼ੀ ਦਾ ਬੱਚਾ ਇਹਨੇ ਇੰਜ ਫੜਾਇਆ ਗਿਆ ਬਸ ਇਧਰੋਂ ਹੀ ਨਿਕਲਦਾ ਉਸਤਾਦ ਜੀ ਜਦੋਂ ਪੈਦਾ ਹੋਇਆ ਨਾ ਤੇ ਨਰਸ ਨੇ ਆ ਕੇ ਦੀ ਆਵਾਜ਼ ਦਾ ਕਹਿੰਦੇ ਲੈ ਜਾਓ ਏਜੰਸੀ ਨੇ ਸਾਡਾ ਹਸਪਤਾਲ ਬੰਦ ਕਰ ਸਾਡਾ ਹਸਪਤਾਲ ਬੰਦ ਹੋ ਜਾਣਾ ਭਾਈ ਜਦੋਂ ਪੈਦਾ ਹੋਇਆ ਲੇਡੀ ਡਾਕਟਰ ਆ ਕੇ ਅੱਬੇ ਨੂੰ ਕਹਿੰਦੀ ਮਾਸ਼ਾ ਅੱਲਾਹ ਬੇਟਾ ਹੋਇਆ ਕਹਿੰਦੇ ਤੂੰ ਨੈਕਸਟ ਟਾਈਮ ਨਹੀਂ ਹੁੰਦਾ ਹੁਣ ਆਪ ਹੀ ਗੱਲਾਂ ਕਰ ਰਿਹਾ ਅੱਗੇ ਤੋਂ ਅੱਗੇ ਤਾਂ ਨਹੀਂ ਹੁੰਦਾ ਨਹੀਂ ਨਹੀਂ ਪਿੱਛੇ ਫਿਰ ਪਤਾ ਕੀ ਆ ਆਪ ਹੀ ਕਿਹਾ ਵਾ ਵੀ ਕਰ ਲਓ ਤੈਨੂੰ ਨਹੀਂ ਤੇ ਬਾਕੀ ਨੂੰ ਕਿਹਾ ਉਹਨੇ ਉਸਤਾਦ ਜੀ ਨਰਸ ਨੇ ਆ ਕੇ ਇੰਜ ਕਰਕੇ ਅੱਬੇ ਨੂੰ ਕਿਹਾ ਆ ਢੇਠਾ ਹੋਇਆ ਉਸਤਾਦ ਜੀ ਜਦੋਂ ਪੈਦਾ ਹੋਇਆ ਵਾ ਉਹ ਵਾਰਡ ਬੈਨ ਹੋ ਗਈ 5 ਸਾਲ ਲਈ ਮੈਨੂੰ ਪਤਾ ਲੱਗ ਗਿਆ ਹਾਰ ਤਾਂ ਨਹੀਂ ਚੰਗਾ ਹੈਗਾ ਭਾਈ ਐਂਟ ਮਾੜਾ ਹੀ ਆ ਅੱਲਾ ਮਾਫ਼ੀ ਮੈਨੂੰ ਹਾਂ ਮੈਨੂੰ ਭੁੱਲ ਕੇ ਮਾਫ਼ ਭਾਈ ਮੈਂ ਚੱਲੀ ਆ ਪਰ ਰਹਿਣ ਦੇ ਗਈ ਭਾਜੀ ਡਾਕਟਰਾਂ ਨੇ ਬੜੀ ਮੁਜ਼ੰਮਤ ਕੀਤੀ ਇਹਦੀ ਪੈਦਾਇਸ਼ ਦੀ ਇਹ ਜਦੋਂ ਹੋਇਆ ਨਾ ਇਹਦਾ ਪੀ ਪੀ ਕੇ ਅੱਬਾ ਸਿਗਟਾਂ ਸੁੱਟਣ ਦੇ ਅੱਗੇ ਕਿਤੇ ਇਹਨੂੰ ਅੱਗ ਹੀ ਪੈ ਗਈ ਪਾਣੀ ਤੱਕ ਨਹੀਂ ਸੀ ਹੈਗਾ ਘਰ ਪੀਣ ਨੂੰ ਅੱਬਾ ਇਹਦਾ ਬਾਹਰ ਮਾਂਗਾ ਕਸ਼ੀ ਕਰਕੇ ਪਾਣੀ ਲਿਆਉਂਦਾ ਸੀ ਤੇਰੀ ਮਾਂ ਕਹਿੰਦੀ ਇਹ ਕੀ ਕਹਿੰਦਾ ਵਧਾਈ ਵਾਟਰ ਚਾਚੇ ਨੂੰ ਕਿਹਾ ਕਿ ਮੁੰਡੇ ਨੂੰ ਗੁੜਤੀ ਦੇ ਕਹਿੰਦਾ ਮੇਰੇ ਸਿਰ ਚਿੱਟ ਨਹੀਂ ਇਹਦੇ ਬੇਟੇ ਇੱਕ ਬੰਦੇ ਨੇ ਕਿਹਾ ਜੀ ਤੁਹਾਡੇ ਮੁੰਡਾ ਆਇਆ ਤਾਂ ਆਪਾਂ ਕਹਿੰਦੇ ਓਏ
ਹੋਰ ਕਿੰਨਾ ਗੱਲ ਕੀਤੀ ਉਸਤਾਦ ਜੀ ਸਿਰ ਬਣਾਉਣ ਵਾਸਤੇ ਥੱਲੇ ਪੱਥਰ ਰੱਖਦੇ ਨਾ ਇਹਦੇ ਆਪਣੇ ਗ੍ਰਨੇਡ ਰੱਖਤਾ ਵੀ ਹੁਣ ਪਾਰਟੀ ਮਰ ਜਾਵੇ ਥੋੜੇ ਜੱਗੇ ਫਿਰੇ ਮੈਂ ਤਾਇਆ ਜੀ ਖਿਆਲ ਆ ਕਹਿੰਦਾ ਉਹਦੇ ਨਕਸ਼ ਨਾਇਮ ਬਣਾਉਣੇ ਆ ਹੋ ਗਿਆ ਨਾ ਸੈੱਟ ਦੇ ਲੈ ਚੱਲ ਤੂੰ ਚੁੱਪ ਕੀਤਾ ਰਹਿਣਾ ਕਰਨ ਦੇ ਤੂੰ ਰਾਈਟਰ ਆ ਇਸ ਤਰ੍ਹਾਂ ਹੁੰਦਾ ਵਾ ਉਸਤਾਦ ਜੀ ਸਾਰੇ ਰਲ ਕੇ ਜਦੋਂ ਇੱਕ ਦਾ ਹਾਂ ਵੇਖੀ ਤੈਨੂੰ ਕਿੰਨਾ ਮਤਲਬ ਵਿੱਕੀ ਤੇ ਵੀ ਲਾਫਟਰ ਮੈਂ ਕਹਿੰਦਾ ਸਰ ਤੁਸੀਂ ਵੇਖਣਾ ਤੁਹਾਨੂੰ ਮਾੜੀ ਵੀ ਚੱਲ ਤੁਹਾਨੂੰ ਆਪਣਾ ਸਕ੍ਰਿਪਟ ਇੰਜ ਨਜ਼ਰ ਆਏਗਾ ਕਿ ਵਾਕਈ ਮੈਂ ਇੰਨੀਆਂ ਗੱਲਾਂ ਇਹਨਾਂ ਨੂੰ ਦੱਸੀਆਂ ਸਾਹਿਬ ਜੀ ਆਪਣੇ ਅੱਬੂ ਨਾਲ ਜਾਣ ਦੇ ਤੇ ਇੱਕ ਬੰਦੇ ਨੇ ਪੁੱਛਿਆ ਕਹਿੰਦਾ ਇਹ ਤੇਰਾ ਮੁੰਡਾ ਮੈਂ ਕਹਿੰਦਾ ਓਏ ਅੱਜ ਮੈਂ ਇਹਨਾਂ ਗੱਲ ਕਰਤੀ ਇੱਕ ਤਨਾ ਐ ਨਹੀਂ ਨਹੀਂ ਕਹਿ ਰਿਹਾ ਤਾਂ ਜੀ ਜਦੋਂ ਪੈਦਾ ਹੋਇਆ ਨਾ ਇਹਦਾ ਅੱਬਾ ਇਹਨੂੰ ਚੁੱਕ ਕੇ ਲਿਜਾ ਕੇ ਨਾ ਡਾਕਟਰ ਨੂੰ ਕਹਿੰਦਾ ਇਸ ਬੱਚੇ ਦਾ 1.5 ਲੱਖ ਬਿੱਲ ਬਣਾ ਦਿੱਤਾ ਤੇ ਸੁੱਕਿਆ ਨਹੀਂ ਇਹਦਾ ਆਪਾਂ ਨੂੰ ਦੇਖਣਾ ਦੇ ਕੇ ਨਾਲ ਦੇ ਡਾਕਟਰ ਨੂੰ ਕਹਿੰਦਾ ਸੀਗਾ ਲਵਾ ਯਾਰ ਜ਼ੇਹਨ ਹੀ ਬੰਦ ਹੋ ਗਿਆ ਇੰਨਾ ਕਮਜ਼ੋਰ ਸੀਗਾ ਤਾਂ ਆਪਾਂ ਇਹਨੂੰ ਫੜ ਕਹਿੰਦਾ ਹਾਂਜੀ ਮੁੱਠਾਂ 'ਚ ਇਹਨੂੰ ਮੈਂ ਇਹਨੂੰ ਪੁੱਛਣ ਦਿਆ ਗਿੱਚ ਵਾ ਅੱਛਾ ਪੈਸੇ ਏਦਾਂ ਘਬਾਉਣੇ ਜਿਵੇਂ ਇੱਕ ਪੇਪਰ ਤੋਂ ਰਹਿ ਗਿਆ ਵੇਖੀ ਜਵਾਬ ਦੇਣਾ ਉਹਨੇ ਲਿਖ ਕੇ ਦਿੱਤੀਆਂ ਗੱਲਾਂ ਗੱਲਾਂ ਇਹ ਲਿਖ ਕੇ ਦਿੰਦਾ ਮਛੇਰਿਆਂ ਦੀਆਂ ਤੋਤੀਆਂ ਧੋਣ ਵਾਲੇ ਹਫ਼ਤਾ ਮੇਰੇ ਕੋਲ ਬੈਠੇ ਕਈ ਕੱਛਾ ਦੇ ਮਨਾਉਣ ਜਾਣਾ ਕਹਿੰਦਾ ਭਾਈ ਮੇਰਾ ਇਸ ਤੋਂ ਇਲਾਵਾ ਗੁਲਾਮ ਕੋਈ ਨੀ ਹੈਗਾ ਦੇ ਜਵਾਬ ਸਾਜੀ ਦੇ ਭਰਾ ਨੇ ਕਿਹਾ ਲੈ ਵੀ ਮੈਰ ਮੈਂ ਚੱਲਾਂ ਆਪਣੇ ਕਮਰੇ ਚ ਤੇ ਉਹਨਾਂ ਗੱਲ ਅਲੱਗ ਰੋਣ ਲੱਗ ਗਿਆ ਲੈ ਵੀ ਹੁਣ ਤੂੰ ਚੱਲਾਂ ਹੀ ਆ ਚੀਕਾਂ ਮਾਰ ਮਾਰ ਨਿਆਣਾ ਸਵਾਇਆ ਹੁੰਦਾ ਕਰਕੇ ਮਾਫ਼ੀ ਮੰਗੀ ਹੁੰਦੀ ਆ ਲੁੱਡੋ ਚ ਰੋਟੀਆਂ ਲਿਆਂਦੀਆਂ ਪੋਣਾ ਟੈਪ ਹੁੰਦੀ ਨਾ ਹਾਂਜੀ ਓਏ ਧੁਨੀ ਦਾ ਲੈਣ ਹੁੰਦਾ ਹੀ ਮਰੇ ਅੰਡਰਪਾਸ ਚੋਂ ਵੀ ਫੇਲ ਹੋ ਗਿਆ ਨਾ ਹੀ ਪਾਸ ਆ ਏਡਾ ਬੇਵਕੂਫ ਉਸ ਤਰ੍ਹਾਂ ਲੈ ਕੇ ਅੰਡਰਪਾਸ ਚ ਵੜ ਰਿਹਾ ਯਾਰ ਬੇਵਕੂਫਾ ਜਾਹਲ ਕਿਨਾਰੇ ਬਹਿ ਕੇ ਮਛਲੀਆਂ ਦੇ ਜੰਪ ਗਿਣਨ ਵਾਲੇ ਜਵਾਬ ਦੇ ਇਸ਼ਾਰੇ ਦੇ ਕੱਪੜੇ ਬਦਲਣ ਵਾਲੇ ਜਵਾਬ ਦੇ ਜਵਾਬ ਦੇ ਖੋਤੇ ਦੀ ਝੱਗ ਨਾਲ ਸ਼ੇਵ ਕਰਨ ਵਾਲੇ ਜਵਾਬ ਲਾਫਟਰ ਘਟਣ ਲੱਗ ਗਿਆ ਵਾ ਤੁਹਾਡੀਆਂ ਗੱਲਾਂ ਚੱਲ ਠੀਕ ਹੈ ਚੁੱਪ ਕਰ ਤੁਹਾਨੂੰ ਇਹ ਨੀ ਪਤਾ ਜਦੋਂ ਇਹਦੀ ਝੰਡ ਲੱਥੀ ਹੈ ਸੱਤਵੇਂ ਤੇ ਇਹਦੀ ਝੰਡ ਲੱਥਦੀ ਹੈ ਉਹ ਸੱਤਵੇਂ ਤੇ ਉਸਤਾਦ ਜੀ ਝੰਡ ਲੱਥੀ ਹੈ ਤੇ ਬੁੜੇ ਨੇ ਨਾਈ ਨੂੰ ਘੱਟ ਪੈਸੇ ਦਿੱਤੇ ਵੀ ਤੂੰ ਟੱਕ ਤਾਂ ਕੋਈ ਲਾਇਆ ਨੀ ਉਸਤਾਦ ਜੀ ਨਾਈ ਝੰਡ ਲਾਉਣਾ ਤੇ ਮੁਸੰਮੀ ਤੇ ਨਾਲ ਟੱਕ ਲਾਉਂਦੇ ਅੱਜ ਕਰਕੇ
ਸਤਾਜੀ ਨਈ ਝੰਡ ਲਾਉਣ ਆਇਆ, ਇਹਨੂੰ ਦੇਖ ਕੇ ਉਹਨੇ ਕੈਂਚੀ ਸਾਈਡ ਤੇ ਰੱਖ ਦਿੱਤੀ ਤੇ ਕੈਂਚੀ ਚੱਪਲ ਚੁੱਕ ਲਈ। ਅੱਛਾ ਤੈਨੂੰ ਉਹ ਵੀ ਸੀ, ਤੇਰੇ ਗੁੜਤੀ ਤੇ ਕਿਹਨੇ ਦਿੱਤੀ ਗੁੜਤੀ? ਹਾਂਜੀ ਗੁੜਤੀ ਕਿਹਨੇ ਦਿੱਤੀ ਤੇ ਕੀ ਦਿੱਤਾ ਗੁੜਤੀ ਚ? ਗੁੜਤੀ ਗਿੱਲੀ ਗਿੱਲੀ ਦਿੱਤੀ। ਅੱਛਾ ਗੁੜਤੀ ਵੀ ਗਿੱਲੀ ਗਿੱਲੀ? ਅੱਛਾ ਨਹੀਂ ਗੁੜਤੀ ਦਿੱਤੀ ਕਿਸੇ ਨੇ? ਹਾਂਜੀ ਕਿਹਨੇ? ਸ਼ਾਹਜਹਾਂ। ਹੈਂ? ਸ਼ਾਹਜਹਾਂ ਨੇ। ਅਮਰਾਓ ਜਾਨ ਨੇ ਨੀ ਦਿੱਤੀ? ਡਰਾਈ ਵਾਟਰ ਦੀ ਜਗ੍ਹਾ ਮੋਬਲੈ ਲਾ ਲਈ ਸ਼ੀਸ਼ੀ ਤੇ ਲਿਖਿਆ। ਇਹਨੂੰ ਪੋਲੀਓ ਵਾਲੇ ਜਦੋਂ ਆਏ ਤੁਹਾਨੂੰ ਉਹਦੀ ਪਤਾ ਭਾਜੀ? ਇਹਦੇ ਤੇ 6 ਮਹੀਨੇ ਮਹੱਲੇ ਚ ਇਹਨਾਂ ਦੇ ਲਹਿਰਾਂ ਪਹਿਰਾਂ ਰਹੀਆਂ ਦੀ ਪੈਦਾਇਸ਼ ਤੋਂ। ਹਾਂ ਪੋਲੀਓ ਵਾਲੇ ਬੜਾ ਬੜੇ ਮਤਲਬ ਕਿ ਸਪੈਸ਼ਲ ਆਏ, ਇਕੱਲੇ ਇਹਦੀ ਦਵਾਈ ਲੈ ਕੇ, ਹੋਰ ਕਿਸੇ ਦਾ ਨੀ ਉਹਨਾਂ ਨੇ ਬੂਹਾ ਹਟਕਾਇਆ। ਸੈਂਸਿਟਿਵ ਸੀ ਨਾ? ਸੈਂਸਿਟਿਵ ਨਹੀਂ ਯਾਰ, ਮਤਲਬ ਸਪੈਸ਼ਲ ਬੱਚਾ ਸੀ, ਸਪੈਸ਼ਲ ਚਾਈਲਡ, ਸਪੈਸ਼ਲ, ਹਾਂ ਸਪੈਸ਼ਲ ਚਾਈਲਡ। ਉਹ ਤਾਂ ਮੈਨੂੰ ਬਚਪਨ ਤੋਂ ਹੀ ਕਹਿੰਦੇ ਸੀ ਸਪੈਸ਼ਲ ਚਾਈਲਡ, ਮਜ਼ਦੂਰ ਅਫਰਾਦ ਨੂੰ ਕਿਹਾ ਜਾਂਦਾ ਉਹ ਵੀ ਬਣੀ ਜਾਂਦੇ ਯਾਰ। ਜ਼ੇਨੀ ਵੀ, ਜ਼ੇਨੀ ਮਜ਼ਦੂਰੀ ਵੀ ਹੁੰਦੀ। ਭਾਜੀ ਇਹਦੀ ਪਦੈਸ਼ ਤੇ ਮਹੱਲੇਦਾਰਾਂ ਨੇ ਬੈਨਰ ਲਗਾਇਆ ਕਿ ਹਮ ਆਪਕੀ ਦੁੱਖ ਕੀ ਗੜੀ ਮੈਂ ਆਪਕਾ ਸਾਥ ਦੇ। ਜਦੋਂ ਇਹ ਪੈਦਾ ਹੋਇਆ ਇਹਦੇ ਇਲਾਕੇ ਦੇ ਠਾਕਰ ਨੇ ਹੁਕਾ ਪਾਣੀ ਬੰਦ ਕਰ ਦਿੱਤਾ ਮਾਂ ਬਾਪ ਦਾ, ਕਹਿੰਦੇ ਇਹਦੇ ਘਰ ਬੁੱਢੀਆਂ ਮੁਬਾਰਕ ਕਿੱਦਾਂ, ਇਹਦੀ ਆਦੀ ਅੰਮੀ ਨੂੰ ਮੁਬਾਰਕ ਕਿੱਦਾਂ ਦਿੰਦੀਆਂ ਸੀ? ਮੁਬਾਰਕ ਹੋਏ ਨੀ ਪੋਲੀਓ ਦੇ ਕਤਰੇ ਬਣਾਉਣ ਆਇਆ, ਰੈਕਲੇ ਚ ਇੰਜ ਕਤਰੇ ਪਾ ਕੇ ਮੂੰਹ ਦੇ ਮਾਰੇ ਬਾਜੀ। ਉਹ ਪੋਲੀਓ ਦੇ ਕਤਰੇ ਪਲਾਉਣ ਤੋਂ ਪਹਿਲਾਂ ਕੀ ਫਰਕ ਪੈਂਦੇ ਇਹਦਾ ਮੂੰਹ ਚ? ਜਿਹੜੇ ਬੇਚਾਰੇ ਇੰਜ ਡੱਬਾ ਰੱਖ ਕੇ ਨੀ ਮੰਗਦੇ ਹੁੰਦੇ, ਉਹਨੂੰ ਕਹੀ ਉਹ ਸੜਕ ਇੰਨੀ ਗਰਮ ਆ, ਕੁਛ ਮੁਛ ਹੋ ਗਈ ਉਹ ਜਿਹੜੇ ਬੰਦੇ ਬੇਚਾਰੇ ਚੌਲਾ ਏਦਾਂ ਹੀ ਕਹੀਦਾ ਹੁੰਦਾ ਕਹਿੰਦਾ ਕਿ ਸ਼ਾਇਦ ਸੜਕ ਕਰਨ ਦੀ ਤਾਂ ਪਿਘਲ ਗਿਆ। ਨਹੀਂ ਨਹੀਂ ਉਹ ਵਿਚਾਰੇ ਮਜ਼ਦੂਰ ਹੁੰਦੇ ਨੇ, ਘਰੋਂ ਫੋਨ ਆਇਆ ਗੁੰਗੇ ਨੂੰ ਫੜਾਉਂਦੇ ਦੱਸ ਮੈਂ ਇੱਥੇ ਨੀ ਹੈਗਾ, ਆਪਣੇ ਅੰਨੇ ਦੋਸਤ ਨੂੰ ਕਹੀ ਜਾਂਦਾ ਇਸ਼ਾਰਾ ਕਰ ਬੋਲ ਦਿੰਦਾ ਤੇਰਾ। ਸਹੀ ਗੱਲ ਨਹੀਂ ਉਹ ਕਿੱਥੇ ਗਈ ਹੁਣ ਥੀਏਟਰ ਦੀ ਗੱਲ ਕੋ ਮਕਾਨ ਨਜ਼ਰ ਚ ਹੋਵੇ ਤੇ ਦੇਸ਼ੀ ਸ਼ਬਾਸ਼ੀ ਫ੍ਰੀ ਆਟਾ ਦੇ ਕਹਿੰਦਾ ਇੰਨਾ ਆਟਾ ਦਿਓ ਮੈਂ ਗੁੱਡੀ ਜੋੜਨੀ। ਤੂੰ ਨਾ ਕੋਈ ਗੱਲ ਕਰੀ, ਮਾਰ ਨਾ ਦੇਈ ਕਿਸੇ ਨੂੰ, ਨਾ 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 ਤੂੰ ਨਾ ਕੋਈ ਐਵੀਂ ਕਾਮੇਡੀ ਐਵੀਂ ਹੋਰ ਮੇਰੀ ਗੱਲ ਜੇ ਕਰਨੀ ਹੈ ਸਾਨੂੰ ਪਹਿਲੇ ਦੱਸ ਕੇ ਕਰੀਏ ਸਿੱਧੇ ਹੋ ਕੇ ਬਈਏ, ਕਿਉਂਕਿ ਤੇਰੀ ਇੱਕ ਗੱਲ 10-10 ਲੱਖ ਰੁਪਏ ਦੀ ਵਿਕਦੀ ਚੈਨਲਾਂ ਤੇ। ਨਾ ਨਾ ਸਾਡਾ ਜ਼ਿਆਦਤੀ ਨਾ ਕਰੀਏ, ਤਾਂ ਸਾਡਾ ਸਾਹ ਰੁਕ ਜੇ, ਅਸੀਂ ਇੰਨਾ ਹੱਸਣ ਦੇ ਮੂਡ 'ਚ ਨਹੀਂ ਗਏ। ਤੂੰ ਸਾਡੀ ਜ਼ਿੰਦਗੀ 'ਤੇ ਰਹਿਮ ਕਰ, ਚੁੱਪ ਹੀ ਬੈਠਾ ਰਹਿ। ਨਾ 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 ਉਹ ਨਾ, ਮੈਂ ਕਸਮ ਮੈਨੂੰ ਇੱਥੇ ਵੀ ਹੱਸ ਆਉਣ ਲੱਗਾ। ਖਾਂਸੀ ਕਰਨ ਵਾਲਿਆ
ਗਲਾ ਖਰਾਬ ਹੋ ਤੈਨੂੰ ਭੌਂ ਕੇ ਦਿਖਾਉਂਦਾ ਇੰਨਾ ਕੁ ਨਾਦਰਿੰਗ ਠੀਕ ਆ ਇੰਨੀ ਕੁ ਕੌਮੇਡੀ ਇਹ ਲੈਵਲ ਠੀਕ ਆ ਹੁਣ ਇਹਨੇ ਗੱਲ ਕਰਤੀ ਤੇ ਅਸੀਂ ਜਾਣਾ ਕਿੱਥੇ ਵੀ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਉੱਥੋਂ ਛਿੜ ਜਾਣ ਤੁਹਾਡਾ ਬੁਰਾ ਹਾਲ ਹੋ ਜੇ ਭਾਈ ਇਹ ਤੇ ਸਾਡੇ ਤੇ ਰਹਿਮ ਕਰ ਰਿਹਾ ਡੇਢ ਘੰਟੇ ਤੋਂ ਬੈਡ ਸ਼ੀਟ ਤੇ ਖਜੂਰ ਦਾ ਪੱਤਾ ਰੱਖ ਕਹਿੰਦਾ ਨਿਊਜ਼ੀਲੈਂਡ ਵਾਲਿਆਂ ਨੇ ਘੱਲੀਏ ਤੁਸੀਂ ਕਿਹਾ ਸੀਗਾ ਹੁਣ ਵੀ ਹੁਣ ਇਹਨਾਂ ਦੀਆਂ ਚੱਲਣੀਆਂ ਹੁਣ ਇਹਨਾਂ ਦਾ ਇਸ ਟਾਈਮ ਤੂੰ ਤੂੰ ਨਹੀਂ ਬੋਲਣਾ ਬੰਦੇ ਬੱਚੇ ਨੇ ਲੱਗੇ ਰਹਿਣ ਦੇ ਤੈਨੂੰ ਕੀ ਪ੍ਰੋਬਲਮ ਤੂੰ ਨਹੀਂ ਚਾਹੁੰਦਾ ਬੱਚੇ ਤਰੱਕੀ ਕਰ ਮੈਂ ਪਹਿਲੇ ਕਿਹਾ ਫਿਰ ਚੁੱਪ ਕੀਤਾ ਰਹਿ ਸੁਣੀ ਜਾ ਉਹਨਾਂ ਦੀਆਂ ਲੇਕਿਨ ਤੂੰ ਨਹੀਂ ਕੋਈ ਕਾਮੇਡੀ ਕਰਨੀ ਨਾ 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 ਕਾਕਾ ਬਾਰਿਸ਼ ਨਾ ਪਵਾ ਦੇ ਜੁਗਤ ਕਰਕੇ ਮੈਂ ਜੁਗਤ ਨਹੀਂ ਜੁਗਤਾਂ ਦਾ ਤਾਂ ਸਹਿਨ ਹੋਇਆ ਆ ਕਾਕਾ ਗੱਲ ਹੈ ਭਾਜੀ ਦੀਦੀ ਭਾਜੀ ਭਾਜੀ ਇੰਨੇ ਇੱਕ ਜਗ੍ਹਾ ਤੇ ਜੁਗਤ ਕਰਕੇ ਆਂਡਾ ਤੋੜਦਾ ਸੀ ਮਨਥਾਰ ਭਾਜੀ ਮਨਥਾਰ ਜੀ ਕਮਾਈ ਕੁਛ ਬੜਾ ਸਾ ਲਿਆ ਕਿਉਂ ਉਹਨੇ ਕਹੀ ਯਾਰ ਸਿਗਰਟ ਤੇ ਲਾਉ ਜ਼ਰਾ ਉਹ ਕਹਿੰਦੀ ਬਾਜ ਦਵਾ ਬਾਜ ਦਵਾ ਤੋ